ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਮੁੱਦਾ। ਔਰ ਰੋਜ਼ਾਨਾ ਅਸੀਂ ਆਉਂਦੇ ਹਾਂ ਔਰ ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ ਜੋ ਕਿ ਇਸ ਪਲੈਟਫਾਰਮ ਦੇ ਉੱਤੇ ਤੁਸੀਂ ਵੀ ਸਾਡੇ ਨਾਲ ਵਿਚਾਰ ਕਰਦੇ ਹੋ ਔਰ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਦੇ ਹੋ। ਇਸ਼ੂ ਮੈਨੂੰ ਯਾਦ ਹੈ ਅੱਜ ਤੋਂ ਕੁਝ ਦਿਨ ਪਹਿਲਾਂ, ਔਰ ਜਦ ਅਸੀਂ ਇਸੀ ਮੰਚ ਦੇ ਉੱਤੇ ਇਸ ਇਸ਼ੂ ਨੂੰ ਲੈ ਕੇ ਆਏ ਸੀਗੇ ਔਰ ਅਸੀਂ ਕਿਹਾ ਸੀ ਕਿ ਤੁਹਾਨੂੰ ਅਸੀਂ ਅਪਡੇਟ ਜਿਹੜਾ ਉਹ ਦਿੰਦੇ ਰਹਾਂਗੇ, ਜੋ ਕੁਝ ਅਪਡੇਟ ਸਾਡੇ ਕੋਲ ਆਉਂਦੀ ਰਹੇਗੀ। ਅਤੇ ਅੱਜ ਮੈਂ ਉਹੀ ਅਪਡੇਟ ਤੁਹਾਨੂੰ ਦੇਣਾ ਹੈਗਾ। ਅੱਜ ਟਿਊਜ਼ਡੇ ਦਾ ਦਿਨ ਜਿਹੜਾ ਭਾਰਤ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੀ ਕੌਮ ਦੇ ਲਈ, ਔਰ ਜੇਕਰ ਮੈਂ ਗੱਲ ਕਰਾਂ ਉਹਨਾਂ ਬੰਦੀ ਸਿੰਘਾਂ ਦੇ ਲਈ ਰਿਹਾ, ਜਿੱਥੇ ਅੱਜ ਜਦ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਬਾਰੇ ਸਵਾਲ ਕੀਤਾ ਤਾਂ ਅਮਿਤ ਸ਼ਾਹ ਵੱਲੋਂ ਬਿਆਨ ਦਿੱਤਾ ਗਿਆ। ਮੈਨੂੰ ਯਾਦ ਹੈ ਕਿ ਜਦ ਨਰਿੰਦਰ ਮੋਦੀ ਅਮੈਰੀਕਾ ਆਏ ਸੀਗੇ, ਜਿੱਥੇ ਹਾਊਡੀ ਮੋਦੀ ਹੋਇਆ ਸੀਗਾ ਬਕਾਇਦਾ ਡੋਨਲਡ ਟਰੰਪ ਦੇ ਨਾਲ, ਔਰ ਕਈ ਸਾਰੀ ਜਿਹੜੀ ਔਰਗਨਾਈਜੇਸ਼ਨ ਸੀਗੇ, ਕਈ ਸਾਰੇ ਜਿਹੜੇ ਵਫਦ ਸੀਗੇ ਉਹ ਮੋਦੀ ਨੂੰ ਬਕਾਇਦਾ ਮਿਲ ਕੇ ਵੀ ਆਏ ਸੀਗੇ, ਜਿੱਥੇ ਮੋਦੀ ਨੇ ਕਿਹਾ ਸੀਗਾ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇੱਕ ਵੱਡਾ ਐਲਾਨ ਕਰਨ ਜਾ ਰਿਹਾ। ਮੇਰੇ ਕੋਲ ਅੱਜ ਫਿਗਰ ਐਂਡ ਫੈਕਟਸ ਵੀ ਨੇ ਔਰ ਮੇਰੇ ਕੋਲ ਪੂਰੀ ਰਿਪੋਰਟ ਵੀ ਹੈ ਔਰ ਮੇਰੇ ਕੋਲ ਉਹ ਬਿਆਨ ਵੀ ਹਨ ਜੋ ਕਿ ਬਕਾਇਦਾ ਨਿਊਯਾਰਕ ਦੇ ਵਿੱਚ ਵੀ ਜਿਹੜੇ ਕੌਂਸਲਰ ਜਨਰਲ ਹਨ, ਜਿਹੜੇ ਅੰਬੈਸਡਰ ਹਨ, ਉਹਨਾਂ ਨੇ ਵੀ ਦਿੱਤਾ ਸੀਗਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵਚਨਬੱਧ ਹੋਵਾਂਗੇ ਔਰ ਉਹਨਾਂ ਨੂੰ ਅਸੀਂ ਜ਼ਰੂਰ ਰਿਹਾ ਕਰਾਂਗੇ। ਲੇਕਿਨ ਜਦ ਬਲਵੰਤ ਸਿੰਘ ਰਾਜੋਆਣਾ ਦੀ ਹੋਈ ਤਾਂ ਕਈ ਸਾਰੀ ਖਬਰਾਂ ਸਾਹਮਣੇ ਆਈਆਂ ਸੀਗੀਆਂ ਕਿ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੂੰ ਜਿਹੜਾ ਹੈਗਾ ਉਹ ਰਿਹਾ ਕੀਤਾ ਜਾ ਰਿਹਾ ਔਰ ਬਹੁਤ ਹੀ ਜਲਦ ਉਹ ਜੇਲ੍ਹ ਤੋਂ ਬਾਹਰ ਹੋਣਗੇ। ਲੇਕਿਨ ਕਿਤੇ ਨਾ ਕਿਤੇ ਤਸਵੀਰ ਜਦ ਵੇਖਣ ਨੂੰ ਮਿਲੀ ਤਾਂ ਉਹਨਾਂ ਦੀ ਜਿਹੜੀ ਉਮਰ ਕੈਦ ਸੀ ਦੀ ਸਜ਼ਾ ਸੀਗੀ, ਉਹਨੂੰ ਫਾਂਸੀ ਦੀ ਜਿਹੜੀ ਸਜ਼ਾ ਸੀਗੀ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ। ਲੇਕਿਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਬਹੁਤ ਜਲਦ ਬਲਵੰਤ ਸਿੰਘ ਰਾਜੋਆਣਾ ਬਾਹਰ ਆਉਣਗੇ। ਸਿਰਫ ਇਹੀ ਨਹੀਂ, ਕਈ ਸਾਰੇ ਬੰਦੀ ਸਿੰਘ ਹਨ ਜਿਨ੍ਹਾਂ ਦੇ ਨਾਂ ਲਿਸਟ ਦੇ ਵਿੱਚ ਸੀਗੇ। ਫਿਲਹਾਲ ਉਹ ਜਿਹੜੀ ਲਿਸਟ ਸੀਗੀ ਉਹ ਜਨਤਕ ਨਹੀਂ ਕੀਤੀ ਗਈ ਸੀਗੀ, ਲੇਕਿਨ ਮੀਡੀਆ ਰਿਪੋਰਟਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਹੋਰਾਂ ਦਾ ਨਾਂ ਜ਼ਰੂਰ ਆਇਆ ਸੀਗਾ। ਬਕਾਇਦਾ ਜਿਹੜੇ ਜਦ ਅਸੀਂ ਐਕਸਕਲੂਸਿਵ ਇੰਟਰਵਿਊ ਕੀਤਾ ਸੀਗਾ ਕੌਂਸਲਰ ਜਨਰਲ ਸੰਦੀਪ ਚੱਕਰਵਰਤੀ ਹੋਰਾਂ ਦਾ, ਜੋ ਕਿ ਨਿਊਯਾਰਕ ਦੇ ਵਿੱਚ ਅੰਬੈਸਡਰ ਹਨ, ਉਹਨਾਂ ਨੇ ਵੀ ਬਕਾਇਦਾ ਸਾਨੂੰ ਇਹ ਬਿਆਨ ਦਿੱਤਾ ਸੀਗਾ ਕਿ ਅਸੀਂ ਬਹੁਤ ਜਲਦ ਉਹਨਾਂ ਨੂੰ ਰਿਲੀਜ਼ ਕਰਾਂਗੇ ਜਿਹੜੇ ਬੰਦੀ ਸਿੰਘ ਜੇਲ੍ਹ ਦੇ ਵਿੱਚ ਬੰਦ ਹਨ। ਲੇਕਿਨ ਅੱਜ ਇੱਕ ਤਸਵੀਰ, ਰਾਜਨੀਤਿਕ ਤਸਵੀਰ ਅਸੀਂ ਇਹਨੂੰ ਕਹੀਏ ਜਾਂ ਫਿਰ ਸਿਆਸੀ ਤਸਵੀਰ ਇਹਨੂੰ ਕਹੀਏ, ਜੋ ਕਿ ਇੰਡੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ। ਰਵਨੀਤ ਸਿੰਘ ਬਿੱਟੂ ਹੋਰਾਂ ਦੇ ਕੁਐਸਚਨ ਤੋਂ ਬਾਅਦ ਜਦ ਅਮਿਤ ਸ਼ਾਹ ਨੇ ਜਵਾਬ ਦਿੱਤਾ ਤਾਂ ਉਹ ਜਵਾਬ ਇਸ ਤਰੀਕੇ ਦਾ ਸੀਗਾ। ਪਹਿਲਾਂ ਮੈਂ ਤੁਹਾਨੂੰ ਉਹ ਸਵਾਲ ਅਤੇ ਫਿਰ ਉਹ ਜਵਾਬ ਦਿਖਾਉਂਦਾ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕੁਛ ਟਿੱਪਣੀ ਇਹ ਤੋਂ ਬਾਅਦ ਵੀ ਅਸੀਂ ਕਰਾਂਗੇ ਬਲਵੰਤ ਸਿੰਘ ਰਾਜੋਆਣਾ ਬਾਰੇ। ਅਤੇ ਆਪਾਂ ਵੇਖਦੇ ਹਾਂ ਪਾਰਲੀਮੈਂਟ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲਿਆ। ਇਹ ਇਨਕੀ ਮਰਜ਼ੀ ਹੈ ਪਰ ਇਹ ਸਕਸ਼ਮ ਹੈ ਇਸਕਾ ਜਵਾਬ ਦੇਣੇ ਕੇ ਲੀਏ। ਸਰ ਕਿਉਂਕਿ ਮੈਂ ਆਜ ਕਿਉਂ ਇਹ ਮੁੱਦਾ ਉਠਾ ਰਹਾ ਹੂੰ, ਕੱਲ ਹੀ ਦੋਨੋਂ ਸਦਨੋਂ ਨੇ ਰੇਪ ਕੇ ਉੱਪਰ ਫਾਂਸੀ ਕੀ ਬਾਤ ਕੀ। ਲੇਕਿਨ ਸਰ ਹਮ ਜੋ ਫਾਂਸੀ, ਅਮਿਤ ਸ਼ਾਹ ਜੀ ਪਲੀਜ਼ ਮੇਰਾ ਉੱਤਰ ਕੁਐਸਚਨ ਨੰਬਰ 2, ਆਪਨੇ ਪੰਜਾਬ ਵਾਲੋਂ ਕੋ ਕਿਉਂ ਬਲਵੰਤ ਸਿੰਘ ਰਾਜੋਆਣੇ ਕੋ ਫਾਂਸੀ ਮਾਫ ਕੀ ਹੈ, ਆਪਨੇ ਬਾਰ ਬਾਰ ਟੈਲੀਵਿਜ਼ਨ ਨੰਬਰ 203। ਅਬ ਆਪ ਸੁਣੋ ਗ੍ਰਹਿ ਮੰਤਰੀ ਜੀ ਕਾ ਜਵਾਬ, ਅਬ ਪਲੀਜ਼ ਮੀਡੀਆ ਰਿਪੋਰਟ ਪਰ ਨ ਜਾਈਏ ਕੋਈ। ਕਹਿੰਦੇ ਰਾਜਨੀਤੀ ਦੇ ਵਿੱਚ ਕਈ ਵਾਰ ਜਿਹੜੀ ਗੱਲਾਂ ਹੁੰਦੀਆਂ ਹਨ ਉਹਦੇ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦ ਅਸੀਂ ਰਿਟਰਨ ਦੇ ਵਿੱਚ ਕੁਝ ਨਾ ਲੈ ਲਈਏ। ਤਰਾਜ਼ੀ ਰਹੀ ਹੈ ਸਾਡੇ ਕੌਮ ਦੇ ਵਿੱਚ ਵੀ ਕਿ ਅਸੀਂ ਮੂੰਹ ਜ਼ਬਾਨੀ ਗੱਲਾਂ ਤੱਕ ਹਲਵਾ ਕੇ ਆ ਜਾਂਦੇ ਹਾਂ ਔਰ ਅਸੀਂ ਆਪਣੀ ਪਿੱਠ ਵੀ ਥਥਵਾ ਲੈਂਦੇ ਹਾਂ ਔਰ ਬਹੁਤ ਖੁਸ਼ ਵੀ ਹੋ ਜਾਂਦੇ ਹਾਂ ਜਦ ਸਾਨੂੰ ਕੋਈ ਮੂੰਹ ਜ਼ਬਾਨੀ ਵਚਨ ਕਰ ਦਿੰਦਾ। ਲੇਕਿਨ ਉਸੀ ਵਚਨ ਦੇ ਉੱਤੇ ਆਈਏ, ਅੱਜ ਤੋਂ ਨਹੀਂ ਇਹ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚੱਲਦਾ ਹੋਇਆ ਆ ਰਿਹਾ ਕਿ ਅਸੀਂ ਵਿਸ਼ਵਾਸ ਬਹੁਤ ਜਲਦੀ ਕਰ ਲੈਂਦੇ ਹਾਂ ਔਰ ਅਸੀਂ ਵਿਸ਼ਵਾਸ ਵੀ BJP ਦੇ ਉੱਤੇ ਕੀਤਾ ਔਰ ਬਕਾਇਦਾ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕੀਤਾ। ਲੇਕਿਨ ਜਦ ਅਮਿਤ ਸ਼ਾਹ ਨੇ ਇਹ ਗੱਲ ਅੱਜ ਬੋਲੀ ਤਾਂ ਕਿਤੇ ਨਾ ਕਿਤੇ ਜਿਹੜੇ ਸੈਂਟੀਮੈਂਟ ਸੀਗੇ ਉਹ ਹਰਟ ਵੀ ਹੋਏ। ਸਭ ਤੋਂ ਵੱਡੀ ਗੱਲ ਅਗਰ ਮੈਂ ਇੱਥੇ ਕਹਾਂਗਾ ਤਾਂ ਸ਼੍ਰੋਮਣੀ ਅਕਾਲੀ ਦਲ, ਜੋ ਕਿ ਬਕਾਇਦਾ ਭਾਈਵਾਲ ਵੀ ਹੈਗੀ ਹੈ BJP ਦੇ ਨਾਲ, ਔਰ ਉਹਨਾਂ ਨੇ ਵੀ ਕਈ ਵਾਰ ਆਪਣੀ ਪਿੱਠ ਥਪਥਪਾਉਂਦੇ ਹੋਏ ਬੋਲਿਆ ਕਿ ਅਸੀਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਜਿਹੜੀ ਅਪੀਲ ਸੀਗੀ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਸਵੀਕਾਰ ਕਰਵਾ ਲਈ ਹੈ ਔਰ ਬਹੁਤ ਜਲਦ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਬਾਹਰ ਹੋਣਗੇ ਔਰ ਕਈ ਸਾਰੇ ਬੰਦੀ ਸਿੰਘ ਜੋ ਕਿ ਸਜ਼ਾ ਕੱਟ ਰਹੇ ਹਨ ਉਹ ਵੀ ਬਾਹਰ ਹੋਣਗੇ। ਲੇਕਿਨ ਜਦ ਮੀਡੀਆ ਵੱਲੋਂ ਇਹ ਸਵਾਲ ਸੁਖਬੀਰ ਬਾਦਲ ਹੋਰਾਂ ਨੂੰ ਕੀਤਾ ਗਿਆ ਅਤੇ ਨਾਲ ਹੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਕੀਤਾ ਗਿਆ ਅਤੇ ਉਹਨਾਂ ਨੇ ਕੀ ਕੁਝ ਜਵਾਬ ਦਿੱਤਾ, ਇੱਕ ਵਾਰੀ ਉਹਨਾਂ ਨੂੰ ਵੀ ਅਸੀਂ ਸੁਣ ਲੈਂਦੇ ਹਾਂ। 31 ਅਗਸਤ 1995 ਪੰਜਾਬ ਪੁਲਿਸ ਦੇ SPO ਦਿਲਾਵਰ ਸਿੰਘ ਨੇ ਆਤਮਘਾਤੀ ਹਮਲਾ ਕੀਤਾ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਬੰਬ ਧਮਾਕੇ ਦੇ ਵਿੱਚ ਕਤਲ ਕੀਤਾ ਗਿਆ। ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਪਿੱਛੇ ਰਾਜੋਆਣਾ ਸੀ। ਰਾਜੋਆਣਾ ਦੇ ਮੁਤਾਬਕ ਜੇਕਰ ਦਿਲਾਵਰ ਨਾਕਾਮ ਹੋ ਜਾਂਦਾ ਤਾਂ ਉਸ ਨੇ ਹਮਲਾ ਕਰਨਾ ਸੀ।
ਬੰਬ ਧਮਾਕੇ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਣੇ 17 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ 25 ਦਸੰਬਰ 1997 ਨੂੰ ਬਲਵੰਤ ਸਿੰਘ ਰਾਜਵਾਣਾ ਦੀ ਗ੍ਰਿਫਤਾਰੀ ਹੋਈ। ਰਾਜਵਾਣਾ ਨੇ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਆਪਣੀ ਭੂਮਿਕਾ ਵੀ ਕਬੂਲੀ। 31 ਜੁਲਾਈ 2007 ਬਲਵੰਤ ਸਿੰਘ ਰਾਜਵਾਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਵੱਲੋਂ ਇਹ ਫੈਸਲਾ ਦਿੱਤਾ ਗਿਆ। 12 ਅਕਤੂਬਰ 2010 ਹਾਈਕੋਰਟ ਤੋਂ ਰਾਜਵਾਣਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਰਾਜਵਾਣਾ ਨੇ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਨਾ ਕਰਨ ਦਾ ਐਲਾਨ ਕੀਤਾ। 5 ਮਾਰਚ 2012 ਫਾਂਸੀ ਦੇਣ ਦਾ ਵਕਤ ਤੈਅ ਹੋਇਆ। 31 ਮਾਰਚ 2012 ਨੂੰ ਸਵੇਰੇ 9 ਵਜੇ ਫਾਂਸੀ ਦੇਣ ਦਾ ਸਮਾਂ ਤੈਅ ਕੀਤਾ ਗਿਆ। 9 ਮਾਰਚ 2012 ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਡੈਥ ਵਾਰੰਟ ਵਾਪਸ ਕੀਤਾ। ਤਤਕਾਲੀ ਜੇਲ੍ਹ ਸੁਪਰਡੈਂਟ LS ਜਾਖੜ ਨੇ ਫਾਂਸੀ ਟਾਲਣ ਦੀ ਅਪੀਲ ਕੀਤੀ। 27 ਮਾਰਚ 2012 ਚੰਡੀਗੜ੍ਹ ਦੀ ਅਦਾਲਤ ਨੇ ਫਾਂਸੀ ਦੀ ਤਰੀਕ ਤੇ ਵਕਤ ਬਰਕਰਾਰ ਰੱਖਿਆ। ਤਤਕਾਲੀ ਜੇਲ੍ਹ ਸੁਪਰਡੈਂਟ LS ਜਾਖੜ ਨੂੰ ਉਲੰਘਣਾ ਦਾ ਨੋਟਿਸ ਵੀ ਜਾਰੀ ਹੋਇਆ। 28 ਮਾਰਚ 2012 ਤਤਕਾਲੀ ਕੇਂਦਰ ਸਰਕਾਰ ਨੇ ਰਾਜਵਾਣਾ ਦੀ ਫਾਂਸੀ ਤੇ ਰੋਕ ਲਾ ਦਿੱਤੀ। SGPC ਅਤੇ ਤਤਕਾਲੀ ਬਾਦਲ ਸਰਕਾਰ ਦੀ ਪਟੀਸ਼ਨ ਦਾ ਇਸ ਦੌਰਾਨ ਹਵਾਲਾ ਦਿੱਤਾ ਗਿਆ। ਪਾਰਟੀ ਦਾ ਕਲੀਅਰ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਅਨਫੋਰਚੁਨੇਟ, ਕਿਉਂਕਿ ਜੋ ਪਹਿਲੇ ਰਿਪੋਰਟ ਆਈ ਸੀ ਮੀਡੀਆ 'ਚ ਵੀ ਆਈ ਸੀ, ਮੀਡੀਆ ਰਿਪੋਰਟਿੰਗ ਵੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਆ ਜਿਹੜੇ 550 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਉਹਨਾਂ ਨੂੰ ਮਾਫ਼ ਕਰਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸਾਡੀ ਪਾਰਟੀ ਦੀ ਡੈਲੀਗੇਸ਼ਨ ਅਸੀਂ ਅਮਿਤ ਸ਼ਾਹ ਜੀ ਨੂੰ ਮਿਲਾਂਗੇ, ਕਿਉਂਕਿ ਆਹ ਬੇਇਨਸਾਫ਼ੀ ਹੈ। ਇੱਕ ਬੰਦਾ 30 ਸਾਲ ਬਗੈਰ ਪੈਟਰੋਲ ਦੇ ਤੁਸੀਂ ਜੇਲ੍ਹ 'ਚ ਰੱਖਿਆ 30 ਸਾਲ, ਅਤੇ ਤੁਸੀਂ ਉਹਦੇ ਬਾਅਦ ਦੂਜੇ ਜਿਹੜੇ ਪੰਜਾਬ ਪੁਲਿਸ, ਪੰਜਾਬ ਦੀ ਸਰਕਾਰ ਹੈ, ਜਿਹੜੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ 'ਤੇ ਲੋਕਾਂ ਨੂੰ ਮਾਰਿਆ ਸੀ, ਉਹਨਾਂ ਨੂੰ ਤਾਂ ਮਾਫ਼ ਕਰਤਾ ਤੁਸੀਂ, ਜਿਨ੍ਹਾਂ ਨੇ 1 ਸਾਲ ਵੀ ਨਹੀਂ ਜੇਲ੍ਹ ਕੱਟੀ। ਦੇਖੋ, ਇਹ ਕਾਨੂੰਨ ਦਾ ਮਾਮਲਾ ਗਿਆ, ਇਹਦੇ ਬਾਰੇ ਗਵਰਨਰ ਸਾਹਿਬ ਅਤੇ ਪੰਜਾਬ ਸਰਕਾਰ ਹੀ ਜਿਹੜਾ ਸਦੀਕ ਦੱਸ ਸਕਦੇ ਨੇ। ਫਿਲਹਾਲ ਅੱਜ ਤੱਕ ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਜ਼ ਮੁੱਖ ਮੰਤਰੀ ਇਸ ਕੋ ਬਾਤ ਕੋ ਤਬ ਹੋਮ ਮਿਨਿਸਟਰ ਕੇ ਸਾਥ ਉਠਾਇਆ ਵੀ ਹੁਆ ਹੈ ਕਿ ਜੋ ਰਾਜਵਾਨਾ ਸਾਹਿਬ ਹੈ ਉਨਕੀ ਜੋ ਯੇ ਹੈਂਗਿੰਗ ਕਾ ਹੈ ਇਸਕੋ ਤਬਦੀਲ ਕਰਨਾ ਚਾਹੀਏ, ਕਿਉਂਕਿ ਉਨ੍ਹੋਂਨੇ 30 ਸਾਲ ਸੇ ਜ਼ਿਆਦਾ ਸਮੇਂ ਜੇਲ੍ਹ ਮੇਂ ਕਾਟ ਲੀਏ ਔਰ ਉਸ ਵਕਤ ਸਾਰੀ ਕਾਂਗਰਸ ਕੇ ਲੀਡਰ ਬੀਚ ਮੇਂ ਹੀ ਬਿੱਟੂ ਕੇ ਭਾਈ ਆਪਣਾ ਗੁਰਕੀਰਤ ਕੋਟਲੀਆ ਵਿਧਾਨ ਸਭਾ ਕਾ ਰਿਕਾਰਡ ਨਿਕਾਲੇ, ਉਨ੍ਹੋਂਨੇ ਵੀ ਹਮਾਰੇ ਇਸ ਬਾਤ ਕਾ ਬਾਦਲ ਸਾਹਿਬ ਕੀ ਬਾਤ ਕਾ ਸਮਰਥਨ ਕਰਾ ਹੁਆ ਯੇ ਮੈਟਰ ਆਫ ਰਿਕਾਰਡ। ਹੁਣ ਅਸੀਂ ਗੱਲ ਅਗਰ ਸਿਆਸੀ ਨਾ ਕਰਕੇ ਅਸੀਂ ਅਗਰ ਉਹਨਾਂ ਅਧਿਕਾਰੀਆਂ ਦੀ ਕਰੇ ਜੋ ਕਿ ਬਕਾਇਦਾ ਭਾਰਤ ਸਰਕਾਰ ਵੱਲੋਂ ਜਦ ਕੋਈ ਵੀ ਨੋਟਿਸ ਜਾਰੀ ਹੁੰਦਾ ਤਾਂ ਉਹ ਮੀਡੀਆ ਦੇ ਵਿੱਚ ਆ ਕੇ ਬਿਆਨ ਦਿੰਦੇ ਹਨ। ਜਦ ਸਾਡੇ ਸਹਿਯੋਗੀ ਅਸ਼ਮਿਤਾ ਪਹੁੰਚੇ ਸੀਗੇ ਨਿਊਯਾਰਕ ਕੌਂਸਲੇਟ ਜਨਰਲ, ਜਿੱਥੇ ਸੰਦੀਪ ਚੱਕਰਵਰਤੀ ਹੋਰਾਂ ਨੇ ਬਕਾਇਦਾ ਜਿਹੜੇ ਅੰਬੈਸਡਰ ਹਨ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਜ਼ਰੂਰ ਰਿਲੀਜ਼ ਕਰਾਂਗੇ ਉਹਨਾਂ ਬੰਦੀ ਸਿੰਘਾਂ ਨੂੰ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹਨ। ਉਹ ਬਿਆਨ ਵੀ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਸੁਣਾਉਣਾ ਚਾਹੁੰਦਾ। ਦੇਖੀਏ, ਇਸਮੇ ਵੀ ਮੈਂ ਕਹੂੰਗਾ ਕਿ ਜੋ ਸਰਕਾਰ ਨੇ ਕਈ ਕਦਮ ਉਠਾਏ ਹੈ। ਇੱਕ ਤੋਂ ਇਹ ਇੱਕ ਬਹੁਤ ਬੜੀ ਡਿਮਾਂਡ ਥੀ ਕਿ ਕੁਛ ਪ੍ਰਿਜ਼ਨਰਸ ਥੇ ਜੋ ਜੇਲ੍ਹਸ ਮੇਂ ਥੇ ਇੰਡੀਆ ਮੇਂ ਬਿਕੋਜ਼ ਆਫ ਵਟ ਐਵਰ ਚਾਰਜਸ ਦੇ ਵਰ ਪ੍ਰੋਸੀਡਡ ਅਗੇਂਸਟ, ਤੋ ਸਰਕਾਰ ਨੇ ਇਨਕੀ ਕੇਸਿਸ ਕਾ ਰਿਵਿਊ ਕਰਨਾ ਸ਼ੁਰੂ ਕਰ ਦਿਆ ਹੈ ਔਰ ਕਈ ਸਿੱਖ ਪ੍ਰਿਜ਼ਨਰਸ ਕੋ ਰਿਲੀਜ਼ ਵੀ ਕਰ ਦਿਆ ਗਿਆ ਹੈ। ਇਨਫੈਕਟ ਆਪ ਦੇਖੇਂਗੇ ਮੀਡੀਆ ਮੇਂ ਕਈ ਸਿੱਖ ਔਰਗਨਾਈਜੇਸ਼ਨ ਇਸਕੋ ਵੈਲਕਮ ਵੀ ਕਰਾ ਹੈ, ਸਿੱਖ ਫੈਡਰੇਸ਼ਨ ਆਫ ਯੂਨਾਈਟਿਡ ਸਟੇਟਸ ਨੇ ਵੀ ਇਸਕੋ ਵੈਲਕਮ ਕੀਆ, ਤੋ ਇਹ ਪ੍ਰਕਿਰਿਆ ਜਾਰੀ ਹੈ ਔਰ ਐਜ਼ ਵੀ ਸਪੀਕ ਪੀਪਲ ਆਰ ਬੀਂਗ। ਸੋ ਤੁਸੀਂ ਸੁਣਿਆ ਹੈ ਬਿਆਨ, ਬਕਾਇਦਾ ਬਿਆਨ ਵੀ ਦਿੱਤਾ ਗਿਆ, ਲੇਕਿਨ ਸਵਾਲ ਵੱਡੇ ਇੱਥੇ ਇਹ ਬਣਦੇ ਹਨ ਕਿ 550 ਪ੍ਰਕਾਸ਼ ਪੁਰਬ ਦੇ ਮੌਕੇ ਕੀ ਹੈ ਸਿੱਖਾਂ ਦੇ ਨਾਲ ਧੋਖਾ BJP ਵੱਲੋਂ, ਯਾਨੀ ਕਿ ਕੇਂਦਰ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਕੀਤਾ ਗਿਆ, ਵੱਡੇ ਐਲਾਨ ਕੀਤੇ ਗਏ ਔਰ ਸਿੱਖਾਂ ਨੂੰ ਖੁਸ਼ ਕੀਤਾ ਗਿਆ, ਔਰ ਜਦ ਸਵਾਲ ਪਾਰਲੀਮੈਂਟ ਦੇ ਵਿੱਚ ਬਕਾਇਦਾ ਪਹੁੰਚਿਆ ਤਾਂ ਫਿਰ ਉਹਦੇ ਉੱਤੇ ਸਾਫ਼ ਮਨਾ ਕਰ ਦਿੱਤਾ ਗਿਆ ਕਿ ਅਸੀਂ ਕੋਈ ਵੀ ਗੱਲ ਰਿਹਾ ਕਰਨ ਦੀ ਨਹੀਂ ਸੋਚ ਰਹੇ ਹਾਂ। ਫਿਰ ਇੰਨੇ ਵੱਡੇ ਬਿਆਨ ਕਿਉਂ, ਔਰ ਇਹ ਬਿਆਨ ਅਗਰ ਦਿੱਤੇ ਗਏ ਤਾਂ ਫਿਰ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਜਾਂ ਫਿਰ ਵਾਕਈ ਹੀ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਹਰਟ ਕਰਨ ਦੇ ਲਈ ਦਿੱਤੇ ਗਏ ਸੀਗੇ। ਇਸ ਦੇ ਉੱਤੇ ਚਰਚਾ ਵੀ ਕਰਾਂਗੇ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਬੁਲਾਰੇ ਜੁੜਨਗੇ, ਮੇਰੇ ਨਾਲ BJP ਤੋਂ ਵੀ ਬੁਲਾਰੇ ਜੁੜਨਗੇ, ਉਹਨਾਂ ਤੋਂ ਲਵਾਂਗੇ ਇਹ ਸਵਾਲ। ਫਿਲਹਾਲ ਰੁਕ ਰਿਹਾ ਮੈਂ ਇੱਕ ਬ੍ਰੇਕ ਰਹੀ, ਇਹੀ ਅੱਜ ਦਾ ਮੁੱਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋ ਰਹੀ ਸੀਗੀ। ਬਹੁਤ ਵੱਡਾ ਐਲਾਨ BJP ਵੱਲੋਂ ਕੀਤਾ ਗਿਆ ਸੀਗਾ, ਜਿਹਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ। ਬਕਾਇਦਾ ਜਦ ਨਰਿੰਦਰ ਮੋਦੀ US ਪਹੁੰਚੇ ਸੀਗੇ ਤਾਂ ਕਈ ਸਾਰੇ ਡੈਲੀਗੇਸ਼ਨ ਜਾ ਕੇ
ਨਰਿੰਦਰ ਮੋਦੀ ਹੋਰਾਂ ਨੂੰ ਮਿਲੇ ਵੀ ਸੀਗੇ। ਨਰਿੰਦਰ ਮੋਦੀ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਅਸੀਂ ਬਹੁਤ ਜਲਦ ਇੱਕ ਵੱਡਾ ਐਲਾਨ ਕਰਨ ਵਾਲੇ ਹਾਂ, ਔਰ ਜਦ ਖਬਰ ਮੀਡੀਆ ਦੇ ਵਿੱਚ ਆਈ ਤਾਂ ਖਬਰ ਆਈ ਕਿ ਬਹੁਤ ਜਲਦ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਜਿਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਸੀਗਾ। ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਈ ਸਾਰੇ ਹੋਰ ਵੀ ਬੰਦੀ ਸਿੰਘ ਜਿਹੜੇ ਹਾਲ ਫਿਲਹਾਲ ਦੇ ਵਿੱਚ ਸਲਾਖਾਂ ਦੇ ਪਿੱਛੇ ਹਨ, ਉਹਨਾਂ ਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ, ਜਿਹਦੇ ਵਿੱਚ ਸਭ ਤੋਂ ਅਹਿਮ ਸਰਬੱਤ ਖਾਲਸਾ ਦੇ ਥਾਪੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਕਈ ਹੋਰ ਵੀ ਅਹਿਮ ਜਿਹੜੇ ਬੰਦੀ ਸਿੰਘ ਹਨ ਜਿਨ੍ਹਾਂ ਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈਗੀ ਹੈ। ਅਤੇ ਉਹਨੂੰ ਲੈ ਕੇ ਕੀ ਵਚਨਬੰਧ ਹੋਵੇਗੀ, ਸ਼੍ਰੋਮਣੀ ਅਕਾਲੀ ਦਲ ਜੋ ਕਿ ਭਾਈਵਾਲਾ ਬੀਜੇਪੀ ਦੀ, ਦੋਵਾਂ ਦੇ ਬੁਲਾਰੇ ਜਿਹੜੇ ਨੇ ਇਸ ਟਾਈਮ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਾਰੁਫ ਕਰਾਂਦਾ, ਮੇਰੇ ਨਾਲ ਸਤਪਾਲ ਸਿੰਘ ਬਰਾੜ ਮੌਜੂਦ ਹਨ ਜੋ ਕਿ ਸ਼੍ਰੋਮਣੀ ਅਕਾਲੀ ਦਲ USA ਦੇ ਬੁਲਾਰੇ ਹਨ, ਅਤੇ ਨਾਲ ਹੀ ਮੇਰੇ ਨਾਲ ਬਲਜਿੰਦਰ ਸਿੰਘ ਸ਼ੰਮੀ ਮੌਜੂਦ ਹਨ ਜੋ ਕਿ BJP ਦੇ ਬੁਲਾਰੇ ਹਨ, ਸਿੱਖ ਅਫੇਅਰਸ ਦੇ। ਮੈਂ ਦੋਵਾਂ ਦਾ ਸਵਾਗਤ ਕਰਦਾ ਸਾਡੇ ਗੈਸਟਾਂ ਦਾ ਇਸ ਮੰਚ ਦੇ ਉੱਤੇ। ਸਭ ਤੋਂ ਪਹਿਲਾਂ ਸਵਾਲ ਮੈਂ ਬਲਜਿੰਦਰ ਸਿੰਘ ਸ਼ੰਮੀ ਹੋਰਾਂ ਤੋਂ ਲੈਣਾ ਚਾਹਾਂਗਾ। ਸ਼ੰਮੀ ਜੀ, ਹਾਂਜੀ, ਕਿਉਂ ਕਿਸ ਤਰੀਕੇ ਦਾ ਮਜ਼ਾਕ ਚੱਲ ਰਿਹਾ ਕੌਮ ਦੇ ਨਾਲ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਨੂੰ ਤੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਆਪਣੇ ਵੱਲੋਂ ਫਤਿਹ ਬੁਲਾਉਣਾ। ਤੁਸੀਂ ਕੁਐਸਚਨ ਪੁੱਛਿਆ ਮਜ਼ਾਕ ਚੱਲ ਰਿਹਾ, ਇਹ ਮਜ਼ਾਕ ਨਹੀਂ ਹੈ। ਤੁਹਾਨੂੰ ਮੈਂ ਇਸ ਦੀ ਸ਼ੁਰੂਆਤ ਵੀ ਦੱਸ ਰਿਹਾ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੀ ਆਪਣੇ ਸਿੰਘਾਂ ਨੂੰ ਰਿਹਾ ਕਰਨ ਦੀ। ਜਦੋਂ ਮੋਦੀ ਜੀ ਪਹਿਲੇ ਵਾਰੀ ਪ੍ਰਾਈਮ ਮਿਨਿਸਟਰ ਬਣੇ ਸੀ 2014 ਦੇ ਵਿੱਚ, ਜੋ ਨਿਊਯਾਰਕ ਦੇ ਵਿੱਚ ਆਏ ਸਨ ਪਹਿਲੇ ਵਾਰੀ, ਤੇ ਉਹਨਾਂ ਨੂੰ ਇੱਕ ਵਫਦ ਮਿਲਿਆ ਸੀ ਸਿੱਖਸ ਆਫ ਅਮੈਰੀਕਾ ਦਾ, ਤੇ OFBJP ਦੇ ਜਿਹੜੇ ਸਿੱਖ ਲੀਡਰ ਸਨ ਉਹ ਵੀ ਉਹਨਾਂ ਦੇ ਵਿੱਚ ਸ਼ਾਮਿਲ ਸਨ। ਠੀਕ ਹੈ, ਉਹਨਾਂ ਨੂੰ ਮਿਲ ਕੇ ਮੈਮੋਰੈਂਡਮ ਦਿੱਤਾ ਸੀ। ਇਹ ਵੀ ਮੰਗ ਅਸੀਂ ਰੱਖੀ ਸੀ ਉਹਦੇ ਵਿੱਚ ਕਿ ਜਿਹੜੇ ਕੈਦੀ ਟਾਡਾ ਦੇ ਅੰਡਰ ਉਦੋਂ 90 ਦੇ ਵਿੱਚ ਜੇਲ੍ਹ ਵਿੱਚ ਭੇਜੇ ਗਏ ਸਨ, ਤੇ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਅਜੇ ਤੱਕ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਤੇ ਉਹ ਤੁਸੀਂ ਰਿਹਾ ਕਰੋ, ਇਹ ਸਾਡੀ ਮੰਗ ਸੀ ਉੱਤੇ। ਤੇ ਹੁਣ ਮੈਂ ਇੰਡੀਅਨ ਗੌਰਮੈਂਟ ਦਾ ਧੰਨਵਾਦ ਵੀ ਬਹੁਤ ਕਰਦਾ ਹਾਂ ਜਿਨ੍ਹਾਂ ਨੇ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਉਹਨਾਂ ਕੈਦੀਆਂ ਨੂੰ ਰਿਹਾ ਕਰਨ ਦਾ ਹੀ ਐਲਾਨ ਕੀਤਾ ਹੈਗਾ। ਉਹ ਤੇ ਸਾਫ ਮੁਕਰ ਰਹੇ ਨੇ ਅੱਜ, ਹੁਣ ਅੱਜ ਦਾ ਬਕਾਇਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਹੋਰਾਂ ਨੇ ਐਲਾਨ ਕਰ ਦਿੱਤਾ ਅਸੀਂ ਕੋਈ ਰਿਹਾ ਰਹੂ ਨਹੀਂ ਕਰ ਰਹੇ ਬੰਦੀ ਸਿੰਘਾਂ ਨੂੰ। ਦੇਖੋ ਜੀ, ਕੁਛ ਉਦੋਂ ਜਿਹੜਾ ਨਿਊਜ਼ ਆਈ ਹੈ ਅਕਤੂਬਰ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਵੀ ਅਸੀਂ 9 ਕੈਦੀਆਂ ਨੂੰ ਰਿਹਾ ਕਰ ਰਹੇ ਹਾਂਗੇ। ਕੁਛ ਕੁ ਨਿਊਜ਼ ਪੇਪਰ ਨੇ ਕਿਹਾ ਸੀ 8 ਕੈਦੀ ਹੈਗੇ, ਹੁਣ ਮੈਨੂੰ ਪਤਾ ਨੀ 8 ਸੀ ਜਾਂ 9 ਸੀ। ਇੱਕ ਨਿਊਜ਼ ਪੇਪਰ ਨੇ ਤਰਾਜ਼ਦੀਆਂ ਜਿਹੜੀਆਂ ਉਹ ਆਈਆਂ ਹਨ, ਤੁਸੀਂ ਇਹ ਦੱਸੋ ਕਿ ਤੁਸੀਂ ਲਿਖਿਤ ਦੇ ਵਿੱਚ ਕੋਈ ਉਹਨਾਂ ਤੋਂ ਲਿੱਤਾ ਸੀਗਾ, ਭਾਵੇਂ ਉਹ ਸਿੱਖਸ ਆਫ ਅਮੈਰੀਕਾ ਹੋਏ ਭਾਵੇਂ ਸਿੱਖਸ ਅਫੇਅਰ BJP ਦੇ ਓਵਰਸੀਜ਼ ਤੁਸੀਂ ਫਰੈਂਡ ਹੋਵੋ, ਅੱਜ ਇਹ ਸਾਨੂੰ ਸੁਣਨਾ ਪੈ ਰਿਹਾ ਕਿ ਅਸੀਂ ਕੋਈ ਵਾਅਦਾ ਨਹੀਂ ਕੀਤਾ ਤੇ ਨਾਲੇ ਅਸੀਂ ਕੁਝ ਰਿਹਾ ਨਹੀਂ ਕਰ ਰਹੇ। ਦੇਖੋ ਜੀ, ਮੈਂ ਉੱਥੇ ਹੀ ਆ ਰਿਹਾ ਤੁਹਾਡੀ ਗੱਲ ਤੇ, ਅਜੇ ਤੁਹਾਨੂੰ ਮੈਂ ਅਨਸਰ ਦੇ ਰਿਹਾਗਾ। ਹਾਂ, ਕਿ ਕੁਝ ਨਿਊਜ਼ ਪੇਪਰਾਂ ਨੇ ਕਿਹਾ ਸੀ 8 ਬੰਦੇ ਰਿਲੀਜ਼ ਕਰ ਦਿੱਤੇ ਆ, ਕੁਝ ਨੇ ਕਿਹਾ ਸੀ 9 ਨੂੰ। ਇੱਕ ਨਿਊਜ਼ ਪੇਪਰ ਦੇ ਵਿੱਚ ਮੈਂ ਵੀ ਪੜਿਆ ਸੀ ਜਿਸ 'ਚ ਕਿਹਾ ਕਿ ਅਸੀਂ ਰਾਜੋਆਣਾ ਸਾਹਿਬ ਦੀ ਜਿਹੜੀ ਡੈਥ ਸੈਂਟੈਂਸ ਹੈ ਉਹ ਕਮਿਊਟ ਕਰਕੇ ਫਾਂਸੀ ਵਿੱਚ ਬਦਲ ਦਿੱਤੀ ਗਈ ਹੈ, ਤੇ ਇਹ ਮੈਂ ਕੋਈ ਰਿਟਰਨ ਆਪਣਾ ਦੇਖਿਆ ਨੀ ਹੋਮ ਅਫੇਅਰਸ ਦਾ ਜਿਹੜੇ ਆਰਡਰ ਸੀਗੇ। ਇਹ ਜੋ ਗੱਲ ਤੁਸੀਂ ਹੁਣ ਕਹਿ ਰਹੇ ਹੋ ਵੀ ਅਮਿਤ ਸ਼ਾਹ ਜੀ ਨੇ ਕਹੀ ਹੈ ਵੀ ਇਹ ਮਾਫ਼ ਨਹੀਂ ਕੀਤੀ ਗਈ ਉਹਨਾਂ ਦੀ ਡੈਥ ਸੈਂਟੈਂਸ। ਮੈਂ ਅਗਰ ਅਮਰੀਕਾ ਦੀ ਗੱਲ ਕਰ ਲਵਾਂ, ਤੇ ਬਕਾਇਦਾ ਸਾਨੂੰ, ਮੈਂ ਆਪਣੇ ਦਰਸ਼ਕਾਂ ਨੂੰ ਵੀ ਉਹ ਇੰਟਰਵਿਊ ਸੁਣਾਇਆ ਸੀਗਾ ਕਿ ਸਾਨੂੰ ਜਦ ਸਾਡੇ ਸਹਿਯੋਗੀ ਉੱਥੇ ਪਹੁੰਚੇ ਸੀਗੇ ਬਕਾਇਦਾ ਇੰਟਰਵਿਊ ਲੈਣ ਕੌਂਸਲਰ ਜਨਰਲ ਸੰਦੀਪ ਚੱਕਰਵਰਤੀ ਹੋਰਾਂ ਦਾ, ਜੋ ਕਿ ਨਿਊਯਾਰਕ ਦੇ ਵਿੱਚ ਹਨ, ਜੋ ਕਿ ਇੱਥੋਂ ਰੀਪ੍ਰਜੈਂਟ ਕਰਦੇ ਹਨ ਭਾਰਤ ਸਰਕਾਰ ਨੂੰ, ਅਤੇ ਉਹਨਾਂ ਨੇ ਵੀ ਬਕਾਇਦਾ ਕਿਹਾ ਸੀਗਾ ਕਿ ਅਸੀਂ ਰਿਲੀਜ਼ ਕਰ ਰਹੇ ਹਾਂ ਔਰ ਕਰ ਰਹੇ ਹਨ, ਸੋਚ ਨਹੀਂ ਰਹੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਕਰ ਰਹੇ ਹਾਂ। ਮੈਂ ਇੱਕ ਵਾਰੀ ਆਪਣੇ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਅਸੀਂ ਉਹ ਇੰਟਰਵਿਊ ਇੱਕ ਵਾਰੀ ਮੁੜ ਤੋਂ ਆਪਣੇ ਦਰਸ਼ਕਾਂ ਨੂੰ ਦਿਖਾਈਏ। देखिए, इसमें भी मैं कहूँगा कि जो सरकार ने कई कदम उठाए हैं, एक तो ये एक बहुत बड़ी डिमांड थी कि कुछ प्रिजनर्स थे जो जेल्स में थे इंडिया में, बिकॉज ऑफ व्हाटएवर चार्जेस दे वर
देवर प्रोसीडेड अगेंस्ट, तो सरकार ने इनकी केसेस का रिव्यू करना शुरू कर दिया है और कई सिख प्रिजनर्स को रिलीज भी कर दिया गया है। इनफैक्ट आप देखेंगे मीडिया में कई सिख ऑर्गेनाइजेशन ने इसको वेलकम भी करा है, सिख फेडरेशन ऑफ यूनाइटेड स्टेट्स ने भी इसको वेलकम किया। तो ये प्रक्रिया जारी है और एज वी स्पीक पीपल आर बीइंग रिलीज। सो तुसी सुनिया ए बयान जेड़ा कौंसलेट जनरल वालों बकायदा दिता गया जी। बलजिंदर जी, तुसी अपनी गल नू कंप्लीट करो। अच्छा, मैं यही कंप्लीट कर रहा सीगा भी साडे कोल रिटन दे विच कोई ऑर्डर नहीं मैं देखे सीगे, सिर्फ न्यूज़पेपरां ची पढ़िया सी। हुण जे मुद्दा उठिया भी उन्होंने बयान दित्ते अमित शाह जी ने भी असी राजोआना दी सेंटेंस नहीं कमिट कीती सी, हुण साडा फर्ज बनदा है साडे एज बीजेपी मेंबर्स भी उन्हां नू असली साडी अपर लीडरशिप है उन्हां नू असी कॉन्टैक्ट करांगे, ਉਹਨਾਂ ਤੋਂ ਅਸੀਂ ਮੰਗਵਾਵਾਂਗੇ ਵੀ ਓਰੀਜਨਲ ਆਰਡਰ ਕੀ ਕੀਤਾ ਸੀ ਤੁਸੀਂ ਹੋਮ ਅਫੇਅਰਸ ਨੇ, ਉਸ ਤੋਂ ਸਾਨੂੰ ਪਤਾ ਲੱਗੇਗਾ ਐਗਜ਼ੈਕਟਲੀ। ਹੁਣ ਤਾਂ ਸਾਫ਼ ਕਹਿ ਦੇਣਗੇ ਕਿ ਅਸੀਂ ਹੁਣ ਤਾਂ ਜੋ ਮਰਜ਼ੀ ਲਿਖ ਸਕਦੇ ਹਾਂ ਨਾ, ਇਹ ਤਾਂ ਬਹੁਤ ਵੱਡੀ ਗਲਤੀ ਹੈਗੀ ਹੈ ਉਹਨਾਂ ਆਰਗੇਨਾਈਜੇਸ਼ਨ ਦੀ, ਖਾਸ ਤੌਰ ਦੇ ਉੱਤੇ ਓਵਰਸੀਜ਼ ਫਰੈਂਡ ਬੀਜੇਪੀ ਦੀ, ਬਕਾਇਦਾ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਸਿੱਖ ਅਫੇਅਰਸ ਦੀ, ਕਿ ਤੁਸੀਂ ਸਿਰਫ ਹਵਾ ਦੇ ਵਿੱਚ ਗੱਲਾਂ ਕੀਤੀਆਂ, ਲਿਖਿਤ ਦੇ ਵਿੱਚ ਕੋਈ ਜੀ ਨਹੀਂ ਤਾਂ ਜਿਹਦਾ ਖਾਮਿਆਜ਼ਾ ਅੱਜ ਕੌਮ ਨੂੰ ਭੁਗਤਣਾ ਪੈ ਰਿਹਾ। ਮੈਂ ਹੁਣ ਜਾਣਾ ਚਾਹਾਂਗਾ ਸਤਪਾਲ ਸਿੰਘ ਬਰਾੜ ਹੋਣਾ ਦੇ ਕੋਲ। ਬਰਾੜ ਸਾਹਿਬ, ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਾ ਚਾਹਾਂਗਾ, ਅਕਾਲੀ ਦਲ ਦਾ ਕੀ ਸਟੈਂਡ ਹੈ ਇਹਦੇ ਉੱਤੇ? ਆਲੂਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਅਤੇ ਆਪ ਜੀ ਦੇ ਮਾਣ ਮੱਤੇ ਦਰਸ਼ਕਾਂ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁਰਫਤਿਹ ਪ੍ਰਵਾਨ ਕਰੋ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਰਾੜ ਸਾਹਿਬ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਕਰੈਕਟ ਕਰਾਂ ਕਿ ਇਹ ਜਿਹੜੇ ਆਰਡਰ ਹੈ ਉਹਨਾਂ ਦੀ ਕਾਪੀ ਸਾਡੇ ਕੋਲ ਰਿਟਨ ਦੀ ਹੈਗੀ ਹੈ। ਨੌ ਸਿੰਘਾਂ ਦੀ ਰਿਹਾਈ ਇਨਕਲੂਡਿੰਗ ਭਾਈ ਬਲਵੰਤ ਸਿੰਘ ਰਾਜੋਆਣਾ, ਇਹ ਰਿਟਨ ਜਿਹੜੀ ਚੰਡੀਗੜ੍ਹ ਆਫਿਸ ਨੂੰ ਗਏ ਹੈ ਉਹਨਾਂ ਦੀ ਕਾਪੀ ਸਾਡੇ ਕੋਲ ਹੈ ਜੀ, ਫੇਸਬੁੱਕ ਤੇ ਵੀ ਪਾਈ ਹੈ। ਉਹ ਕਾਪੀ ਦੇ ਵਿੱਚ ਕੀ ਕੁਝ ਲਿਖਿਆ ਹੋਇਆ? ਹਾਂਜੀ, ਉਹ ਕਾਪੀ ਦੇ ਵਿੱਚ ਬਿਲਕੁਲ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਰਾਜੋਆਣਾ ਦੀ ਜਿਹੜੀ ਸਜ਼ਾ ਉਹਨੂੰ ਕਮਿਊਟ ਕੀਤਾ ਹੋਇਆ ਉਮਰ ਕੈਦ ਦੇ ਵਿੱਚ, ਵੈਰੀ ਬਲੈਕ ਐਂਡ ਵਾਈਟ। ਨਹੀਂ, ਆ ਤਾਂ ਲਿਖਿਆ ਹੋਇਆ ਕਿ ਉਹਦੇ ਵਿੱਚ ਰਿਲੀਜ਼ ਆਰਡਰ ਰਿਹਾ ਕਰਨ ਦੀ ਵੀ ਗੱਲ ਕੀਤੀ ਗਈ ਹੈ। ਦੇਖੋ ਆਲੂਵਾਲੀਆ ਸਾਹਿਬ, ਬੇਨਤੀ ਕਰਾਂ, ਜੇ ਇਹ ਸਜ਼ਾ ਉਮਰ ਕੈਦ ਦੇ ਵਿੱਚ ਬਹਾਲ ਹੁੰਦੀ ਹੈ ਤਾਂ ਉਹ 23 ਸਾਲ ਆਪਣੀ ਸਜ਼ਾ ਕੰਪਲੀਟ ਕਰ ਚੁੱਕੇ ਆ, ਕੋਈ ਰੀਜ਼ਨ ਨਹੀਂ ਕਿ ਉਹਨਾਂ ਨੂੰ ਰਿਹਾ ਨਾ ਕੀਤਾ ਜਾ ਸਕੇ। ਸੋ ਇਹ ਸੈਕੰਡ ਜਿਹੜੀ ਗੱਲ ਹੁੰਦੀ ਹੈ ਇਹ ਲੀਗਲ ਐਸਪੈਕਟ ਹੁੰਦਾ, ਉਹਦੇ ਸਮੱਸਿਆ ਨਹੀਂ, ਪਰ ਸਾਡੀ ਸਮੱਸਿਆ ਅੱਜ ਇਹ ਹੈ ਕਿ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਜੀ ਦਾ ਜੋ ਬਿਆਨ ਹੈ ਉਹਨੇ ਸਾਨੂੰ ਬਹੁਤ ਹਰਟ ਕੀਤਾ। ਅਸੀਂ ਦੁਨੀਆ ਭਰ ਵਿੱਚ ਵਸਦੇ ਹੋਰ ਸਮੂਹ ਨਾਲ ਹਰਟ ਕੀਤਾ, ਤੇ ਫਿਰ ਕਿਉਂ ਨਹੀਂ ਪ੍ਰੈਸ਼ਰ, ਕਿਉਂ ਨਹੀਂ ਫਿਰ ਤੁਸੀਂ, ਕਿਉਂ ਨਹੀਂ ਤੁਸੀਂ ਫਿਰ ਭਾਈਵਾਲ ਤੋੜ ਦਿੰਦੇ? ਹਰਟ ਕਰਨ ਦੇ ਨਾਲ ਮਸਲਾ ਨਹੀਂ ਚੱਲਣਾ ਬਰਾੜ ਸਾਹਿਬ, ਇੱਕ ਮਿੰਟ ਤੁਸੀਂ ਮੈਨੂੰ ਭਾਈਵਾਲ ਤੋੜੋ, ਇੱਕ ਮਿੰਟ ਪੂਰੀ ਗੱਲ ਤੁਸੀਂ ਜੀ 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 ਗੋ ਹੈਡ ਗੋ ਹੈਡ ਗੋ ਹੈਡ ਗੋ ਹੈਡ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਿਆਂ ਕਿ ਭਾਈ ਰਾਜੋਆਣਾ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ, ਕੋਈ ਅਹੁਦੇਦਾਰ ਨਹੀਂ, ਉਹ ਸਿੱਖ ਹੈ ਜਿਨ੍ਹਾਂ ਨੇ ਪੰਜਾਬ ਦੀ ਜੋ ਅਤਿਆਚਾਰ ਕੀਤਾ ਜਾ ਰਿਹਾ ਸੀ ਉਹਦੇ ਸੰਬੰਧ ਦੇ ਵਿੱਚ ਸਿੱਖ ਮਰਿਆਦਾ ਅਤੇ ਸਿੱਖ ਪਰੰਪਰਾ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਹੈ। ਉਹਨਾਂ ਦਾ ਨਿੱਜੀ ਵਿਵਹਾਰ ਵਿਰੋਧ ਕੋਈ ਨਹੀਂ ਸੀਗਾ, ਪਰ ਭਾਈ ਰਾਜੋਆਣਾ ਨੇ ਅੱਜ ਤੱਕ ਕਦੇ ਵੀ ਰਹਿਣ ਦੀ ਅਪੀਲ ਨਹੀਂ ਕੀਤੀ, ਇਹ ਸਿਰਫ ਉਹਨਾਂ ਦੇ ਜਜ਼ਬੇ ਨੂੰ ਮੁੱਖ ਰੱਖਦੇ ਹੋਏ ਅਕਾਲ ਤਖ਼ਤ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਐਸ ਜੀ ਪੀ ਸੀ ਨੇ ਉਹਨਾਂ ਵੱਲੋਂ ਰਹਿਣ ਦੀ ਅਪੀਲ ਰਾਸ਼ਟਰਪਤੀ ਕੋਲ ਕੀਤੀ, ਜਿਹਦੇ ਮੱਦੇਨਜ਼ਰ ਇਹ ਕੇਸ ਦੀ ਪ੍ਰੋਸੀਡਿੰਗ ਹੋਈ ਆ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਭਾਈ ਹਵਾਰਾ ਦੀ ਔਰ ਭਾਈ ਦਵਿੰਦਰ ਸਿੰਘ ਭੁੱਲਰ ਸਮੇਤ ਸਾਰੇ ਸਿੰਘਾਂ ਦੀ ਰਿਹਾਈ ਦੀ ਬਹੁਤ ਜੱਦੋਜਹਿਦ ਕਰ ਰਿਹਾ, ਔਰ ਭਾਈ ਦਵਿੰਦਰ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਸਾਰੇ ਦੇ ਸਾਹਮਣੇ ਹੈ। ਇਹ ਸਾਡੇ ਬਰਾੜ ਸਾਹਿਬ, ਬਰਾੜ ਸਾਹਿਬ ਤੁਸੀਂ ਗੱਲ ਕਹੀ, ਇੱਕ ਮਿੰਟ ਬੇਨਤੀ ਕਰ ਲੈ, ਇੱਕ ਮਿੰਟ ਬੇਨਤੀ ਕਰ ਲਾ, ਅੱਜ ਜੋ ਲੋਕ ਸਭਾ ਦੇ ਵਿੱਚ ਉਹ ਕਿਹੜੇ ਪ੍ਰੈਸ਼ਰ ਦੇ ਅਧੀਨ ਜਾਂ ਕਿਹੜੀ ਮਜਬੂਰੀ ਦੇ ਅਧੀਨ ਉਹਨਾਂ ਨੇ ਇਸ ਗੱਲ ਤੋਂ ਮੁੱਕਰੇ ਆ, ਮੈਂ ਉਹਨਾਂ ਮੁੱਕਰੇ ਕਹੂੰਗਾ, ਕਿਉਂਕਿ ਇਹ ਕਮਿਟਮੈਂਟ ਅਖਬਾਰਾਂ ਚ ਦੀ ਕੱਲੀ ਛੱਪੀ ਉਹ ਜਾਂ ਕਾਪੀਆਂ ਬਕਾਇਦਾ ਤੌਰ ਤੇ। ਮੈਨੂੰ ਤੁਹਾਨੂੰ ਇੱਥੇ ਇੱਕ ਮਿੰਟ ਰੋਕਣਾ ਪਵੇਗਾ, ਮੈਨੂੰ ਬ੍ਰੇਕ ਦੇ ਉੱਤੇ ਜਾਣਾ ਕਿਉਂਕਿ ਮੈਨੂੰ ਇੱਥੇ ਸਮਾਂ ਜਿਹੜਾ ਇਜਾਜ਼ਤ ਬ੍ਰੇਕ ਲਈ ਮੰਗ ਰਿਹਾ। ਮੈਂ ਦੋਵਾਂ ਨੂੰ ਦਰਖਾਸਤ ਕਰਾਂਗਾ ਤੁਸੀਂ ਦੋਵੇਂ ਮੇਰੇ ਨਾਲ ਬਣੇ ਰਹੋ, ਕਈ ਸਾਰੇ ਸਵਾਲ ਨੇ ਮੇਰੇ ਜ਼ਿਹਨ ਦੇ ਵਿੱਚ ਔਰ ਕਈ ਸਾਰੇ ਜਿਹੜੇ ਸਵਾਲ ਸਾਡੇ ਦਰਸ਼ਕਾਂ ਦੇ ਵਿੱਚ ਵੀ ਹੋਣਗੇ ਉਹ ਵੀ ਤੁਹਾਡੇ ਤੋਂ ਆਪਾਂ ਜ਼ਰੂਰ ਲਵਾਂਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ। ਬਿਲਕੁਲ ਬਿਲਕੁਲ। ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਬਲਜਿੰਦਰ ਸਿੰਘ ਸ਼ਮੀ ਜੋ ਕਿ ਬੀਜੇਪੀ ਦੇ ਬੁਲਾ ਰਹੇ ਹਨ, ਅਤੇ ਦੂਜੇ ਪਾਸੇ ਮੇਰੇ ਨਾਲ ਸਤਪਾਲ ਸਿੰਘ ਬਰਾੜ ਜੋ ਕਿ ਅਕਾਲੀ ਦਲ ਦੇ ਬੁਲਾ ਰਹੇ ਹਨ। ਸਤਪਾਲ ਸਿੰਘ ਬਰਾੜ ਸਾਡੇ ਨਾਲ ਗੱਲ ਕਰ ਰਹੇ ਸੀਗੇ। ਸਤਪਾਲ ਜੀ, ਆਪਣੀ ਗੱਲ ਤੁਸੀਂ ਕੰਪਲੀਟ ਕਰ ਸਕਦੇ ਹੋ?
ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਜੋ ਉਹਨਾਂ ਦਾ ਉੱਥੇ ਬਿਆਨ ਦਿੱਤਾ ਬਹੁਤ ਮੰਦਭਾਗਾ ਹੈ। ਜੋ 550ਵਾਂ ਗੁਰੂ ਸਾਹਿਬ ਦਾ ਅਸੀਂ ਜਨਮ ਸ਼ਤਾਬਦੀ ਮਨਾ ਰਹੇ ਹਾਂ, ਜੋ ਸੰਬੰਧ ਦੇ ਵਿੱਚ ਸਾਰੇ ਕਾਰਜ ਹੋਏ ਆ, ਉਹਨਾਂ ਦੀ ਇੱਕ ਕੜੀ ਇਹ ਵੀ ਸੀ ਕਿ ਜੋ ਨੌਜਵਾਨ ਸਾਡੇ ਜਿਨ੍ਹਾਂ ਦੇ ਵਿੱਚ 20-22 22-25 ਸਾਲ ਤੋਂ ਬੰਦ ਹੈ, ਉਹਨਾਂ ਨੂੰ ਇਹ ਰਿਹਾਈ ਦਾ ਮੌਕਾ ਹੈ। ਇਹ ਸਾਡਾ ਬਹੁਤ ਟਾਈਮ ਆਉਂਦੀ ਹੈ ਜਦੋਂ ਕੌਮ ਦੇ ਵਿੱਚ ਜ਼ਖਮਾਂ ਨੂੰ ਭਰਨ ਦਾ ਟਾਈਮ ਆਉਂਦਾ ਹੈ, ਔਰ ਇਹ ਬੜਾ ਵਧੀਆ ਚੱਲ ਰਿਹਾ ਸੀਗਾ। ਅਸੀਂ ਬਾਹਰਲੇ ਸਿੱਖ ਪਹਿਲਾਂ ਬੀਜੇਪੀ ਨਾਲ ਹੈ ਜਾਂ ਸਾਰੀਆਂ ਜਥੇਬੰਦੀਆਂ ਜੋ ਵੀ ਸਾਰੀਆਂ ਬੜੀਆਂ ਇਸ ਗੱਲ ਦੇ ਵਿੱਚ ਸੰਤੋਸ਼ੀ ਮਹਿਸੂਸ ਕਰ ਰਹੀਆਂ ਸੀ, ਪਰ ਜੋ ਅੱਜ ਬਿਆਨ ਆਇਆ ਇਹ ਬਿਆਨ ਕੋਈ ਨੋਰਮਲ ਬਿਆਨ ਨਹੀਂ ਗਾ, ਇਹ ਵਿਰਾਸਤ ਵੱਲ ਦਿੱਤਾ ਗਿਆ। ਸੋ ਇਹਦੇ ਤੋਂ ਹਰ ਸਿੱਖ ਦੁਨੀਆਂ ਭਰ ਦੇ ਵਿੱਚ ਵੱਸਦਾ ਹਰ ਸਿੱਖ, ਹਰ ਪੰਜਾਬੀ, ਹਰ ਜੋ ਵੀ ਭਾਰਤੀ ਹੈ ਜਿਹੜਾ ਪੰਜਾਬ ਦੀ ਸੁੱਖ ਸ਼ਾਂਤੀ ਭਾਲਦਾ, ਇੰਡੀਆ ਦੀ ਸੁੱਖ ਸ਼ਾਂਤੀ ਭਾਲਦਾ। ਬਰਾੜ ਸਾਹਿਬ, ਇਹਨੂੰ ਆਪਾਂ ਗੰਗੂ ਵਾਲੀ ਰਾਜਨੀਤੀ ਕਹਿ ਸਕਦੇ ਹਾਂ, ਜੋ ਗੰਗੂ ਨੇ ਕੀਤਾ ਸੀਗਾ ਅੱਜ ਉਹੀ ਸਾਨੂੰ ਵੇਖਣ ਨੂੰ ਮਿਲਿਆ। ਨਹੀਂ, ਉਸ ਲੈਵਲ ਤੱਕ ਨੀ ਜਾਂਦੇ, ਅਸੀਂ ਕੋਈ ਜਾਤ ਪਾਤ ਵਾਲੀ ਇਸ਼ੂ ਨਹੀਂ ਕਰਦੇ, ਅਸੀਂ ਪੋਲੀਟੀਕਲ ਪਾਰਟੀ ਹੈ, ਇਸ਼ੂ ਤੇ ਗੱਲ ਕਰਾਂਗੇ। ਇਹ ਪੰਜਾਬ ਦੇ ਹਿੱਤਾਂ ਵਾਸਤੇ ਕਦੇ ਵੀ ਲਾਭਦਾਇਕ ਨਹੀਂ ਹੋਊਗਾ, ਮੈਂ ਬੇਨਤੀ ਕਰਦਾ। ਔਰ ਇਹ ਫਾਂਸੀ ਦੇ ਨੀ ਸਕਣਗੇ, ਇਹ ਕਲੀਅਰ ਕਰ ਗਈ ਗੱਲ। ਠੀਕ ਹੈ, ਅੱਜ ਸਟੇਟਮੈਂਟ ਕਿਸ ਪ੍ਰੈਸ਼ਰ ਦੀ ਦਿੱਤੀ, ਵਿਆਸੋਂ ਦੇ ਜੋ ਆਪਣੇ ਪੋਤੇ ਹੈ ਬਿੱਟੂ, ਉਹ ਸਟੇਟਮੈਂਟਾਂ ਦੇ ਰਹੇ, ਕਾਂਗਰਸ ਵਾਲੇ ਖੁਸ਼ੀਆਂ ਮਨਾ ਰਹੇ ਹੈ, ਇਹ ਬਹੁਤ ਹੀ ਦੁਖਦਾਈ, ਇਹ ਬਹੁਤ ਪੰਜਾਬ ਨੂੰ। ਬਰਾੜ ਸਾਹਿਬ, ਜਿੰਨੀ ਰਿਸਪੋਂਸੀਬਿਲਿਟੀ ਅੱਜ ਵੱਖ ਵੱਖ ਆਰਗੇਨਾਈਜੇਸ਼ਨਾਂ ਦੀ ਹੈਗੀ ਹੈ ਭਾਰਤ ਦੇ ਵਿੱਚ ਰਹਿੰਦੇ ਹੋਏ, ਤੁਹਾਡੀ ਪਾਰਟੀ ਦੀ ਵੀ ਸਭ ਤੋਂ ਅਹਿਮ ਰਿਸਪੋਂਸੀਬਿਲਿਟੀ ਹੈਗੀ ਹੈ, ਲੇਕਿਨ ਅੱਜ ਜਦ ਬੀਜੇਪੀ ਇੰਨਾ ਵੱਡਾ ਐਲਾਨ ਕਰ ਦਿੰਦੀ ਹੈ ਔਰ ਹੋਮ ਮਿਨਿਸਟਰ ਇੰਨਾ ਵੱਡਾ ਐਲਾਨ ਕਰ ਦਿੰਦੇ ਹਨ, ਬਰਾੜ ਸਾਹਿਬ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਹੁਣ ਅਸੀਂ ਬੀਜੇਪੀ ਦੀ ਆਈਡੀਓਲੋਜੀ ਦੀ ਗੱਲ ਕਰ ਲਈਏ, ਜੋ ਕਿ ਲੰਬੇ ਸਮੇਂ ਤੋਂ ਅਮੈਰੀਕਾ ਦੇ ਵਿੱਚ ਵਸਦੀਆਂ ਆਰਗੇਨਾਈਜੇਸ਼ਨਸ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਔਰ ਕਈ ਸਾਰੇ ਸਿਆਸੀ ਪੰਡਿਤ ਜੋ ਕਿ ਭਾਰਤ ਦੇ ਵਿੱਚ ਵੀ ਵਸਦੇ ਹਨ ਔਰ ਜੋ ਕਿ ਵਿਰੋਧੀ ਧਿਰ ਲੰਬੇ ਸਮੇਂ ਤੋਂ ਇਹ ਕਹਿੰਦੇ ਹੋਏ ਆ ਰਹੇ ਹਨ ਕਿ ਬੀਜੇਪੀ ਸਿਰਫ ਹਿੰਦੂਆਂ ਲਈ ਵਚਨਬੰਦ ਹੈ ਔਰ ਹਿੰਦੂ ਏਜੰਡੇ ਲਈ ਹੀ ਉਹ ਸਭ ਅੱਗੇ ਖੜੀ ਹੁੰਦੀ ਹੈ, ਉਹਦਾ ਜਿਹੜਾ ਉਦਾਹਰਣ ਹੈ ਉਹ ਰਾਮ ਮੰਦਿਰ ਦਾ ਜਿਹੜਾ ਵਰਡਿਕਟ ਆਇਆ ਉਹਦੇ ਵਿੱਚ ਵੀ ਵੇਖਣ ਨੂੰ ਮਿਲਦਾ ਕਿ ਆਪਣੀ ਕੌਮ ਦੇ ਲਈ ਉਹਨਾਂ ਦੇ ਸਾਰੇ ਵਰਡਿਕਟ ਉਹਨਾਂ ਦੀ ਪਾਲੇ ਦੇ ਵਿੱਚ ਜਾਂਦੇ ਹਨ। ਜਦ ਗੱਲ ਸਿੱਖਾਂ ਦੀ ਹੁੰਦੀ ਹੈ ਜਾਂ ਫਿਰ ਮਿਨੋਰਿਟੀਆਂ ਦੀ ਹੁੰਦੀ ਹੈ, ਘੱਟ ਗਿਣਤੀਆਂ ਦੀ ਹੁੰਦੀ ਹੈ, ਤਾਂ ਵਾਕਈ ਉੱਥੇ ਹਜੇ ਵੀ ਸਾਨੂੰ ਕੋਰਟ ਦੇ ਵਿੱਚ ਜਾ ਕੇ ਆਪਣੀ ਜਿਹੜੇ ਹੱਕ ਹਨ ਉਹ ਮੰਗਣੇ ਪੈਂਦੇ ਹਨ ਔਰ ਖਾਸ ਤੌਰ ਦੇ ਉੱਤੇ ਕੇਂਦਰ ਸਰਕਾਰ ਤੋਂ ਮੰਗਣੇ ਪੈਂਦੇ ਹਨ। ਮੈਂ ਇਹਦਾ ਜਵਾਬ ਬਲਜਿੰਦਰ ਸਿੰਘ ਸ਼ੰਬੀ ਜੀ ਹੋਰਾਂ ਤੋਂ ਲੈਣਾ ਚਾਹਾਂਗਾ। ਦੇਖੋ ਜੀ, ਤੁਸੀਂ ਇਹ ਕਹਿ ਰਹੇ ਹੋਗੇ ਉਹ ਸਿਰਫ ਹਿੰਦੂਆਂ ਬਾਰੇ ਸੋਚਦੀ ਹੈ ਕਿ ਬੀਜੇਪੀ, ਇਹ ਸਰਾਸਰ ਗਲਤ ਹੈ। ਮੈਂ ਤੁਹਾਨੂੰ ਰੀਸੈਂਟਲੀ ਕੁਛ ਐਗਜ਼ਾਮਪਲਾਂ ਦੇਵਾਂਗਾ ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਬੀਜੇਪੀ ਸਿੱਖਾਂ ਲਈ ਕਿੰਨਾ ਕੁਛ ਕਰ ਰਹੀ ਹੈ। ਹੁਣ ਤੁਸੀਂ 84 ਸਿੱਖ ਜੈਨੋਸਾਈਡ ਦੇ ਜਿਹੜੇ ਕੇਸਿਸ ਸੀ ਕਾਂਗਰਸ ਨੇ ਬੰਦ ਕੀਤੇ ਹੋਏ ਸੀਗੇ, ਬੀਜੇਪੀ ਗਵਰਨਮੈਂਟ ਆਈ ਹੈ, ਉਹਨਾਂ ਨੇ SIT ਨਵੀਂ ਬਣਾ ਕੇ ਸਾਰੇ ਕੇਸਿਸ ਖੋਲੇ ਹੈ। ਉਹ ਕੇਸਿਸ ਖੋਲਣ ਦੇ ਬਾਵਜੂਦ ਹੀ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਗਿਆ, ਉਸ ਤੋਂ ਇਲਾਵਾ ਜੇ ਹੋਰ ਵੀ ਕਈ ਬੰਦੇ ਜੇਲ੍ਹ ਚ ਜਾਣੇ ਹੈ। ਇਹ ਤੋਂ ਪ੍ਰੂਵ ਹੁੰਦਾ ਹੈ ਕਿ ਸਾਡੀ ਬੀਜੇਪੀ ਜੇਲ੍ਹ ਚ ਜਾਣੇ ਹਨ, ਅਜੇ ਗਏ ਨਹੀਂ ਹੈਗੇ ਪੁੱਛਾਂਗੇ ਕਿ ਭਾਤ ਨੂੰ ਮਿਲਿਆ ਪੰਜ ਲੱਖ ਰੁਪਏ ਜਾਂ ਫਿਰ ਸਿਰਫ ਪੰਜ ਗੱਲਾਂ ਹੀ ਸੁਣਨ ਨੂੰ ਮਿਲੀਆਂ। ਨਹੀਂ ਨਹੀਂ, ਮੈਂ ਤੁਹਾਨੂੰ ਨਾਂ ਵੀ ਦੱਸਾਂਗਾ ਉਹਨਾਂ ਦੇ, ਹੁਣ ਮੇਰੇ ਮੇਰੇ ਭੇਜੋ, ਮੈਨੂੰ ਲਿਸਟ ਭੇਜੋ, ਮੇਰੀ ਈਮੇਲ ਆਈਡੀ ਤੇ ਭੇਜੋ, ਤੁਹਾਨੂੰ ਲਿਸਟ ਵੀ ਭੇਜਾਂਗਾ। ਹਾਂ ਭੇਜੋ। ਦੂਸਰੀ ਗੱਲ, ਬੀਜੇਪੀ ਗਵਰਨਮੈਂਟ ਨਹੀਂ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਹੈਗਾ। ਪਹਿਲਾਂ ਸਾਡੇ ਕਾਂਗਰਸ ਗਵਰਨਮੈਂਟ ਦੇ ਵਿੱਚ ਸਾਡੇ ਸਿੱਖ ਪ੍ਰਾਈਮ ਮਿਨਿਸਟਰ ਵੀ ਸੀ, ਉਹਨਾਂ ਤੋਂ ਨੀ ਖੁੱਲਿਆ ਇਹ। ਹੁਣ ਸਾਡੇ ਬੀਜੇਪੀ ਮੋਦੀ ਜੀ ਆਏ ਹੈ ਤੇ ਉਹਨਾਂ ਨੇ ਖੁਲਵਾ ਹਾਂ ਕੀਤੀ ਹੈ ਤੇ ਖੁੱਲਿਆ। ਤੇ ਉਸ ਤੋਂ ਬਾਅਦ ਵੀਜ਼ਾ ਜਿਹੜੇ ਅਸਾਈਲਮ ਜਿਹੜੇ ਸਾਥੀ ਜਿਸ ਜਿਨ੍ਹਾਂ ਨੇ ਅਸਾਈਲਮ ਲਿਆ ਸੀ ਉੱਥੇ ਵੀ ਕਿੰਨੀ ਵਾਰ ਦੁਚਿੱਤੀ ਰਹੀ ਹੈ,
ਕੌਮ ਦੇ ਵਿੱਚ ਕਿ ਖੁੱਲੇਗਾ ਨਹੀਂ ਖੁੱਲੇਗਾ, ਚਲੋ ਐਂਡ ਆਫ ਦਾ ਡੇ ਅਗਰ ਖੁੱਲੇ ਵੀ, ਐਂਡ ਆਫ ਦਾ ਡੇ ਖੁੱਲੇ ਵੀ, 550 ਪ੍ਰਕਾਸ਼ ਪੁਰਬ ਦਾ ਮੌਕਾ ਸੀਗਾ, ਲੱਖਾਂ ਸਿੱਖਾਂ ਦੀ ਅਰਦਾਸ ਸੀਗੀ, ਮੋਦੀ ਸਾਹਿਬ ਨੂੰ ਖੋਲਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਪਾਲੇ ਦੇ ਵਿੱਚ ਗੇਂਦ ਨਹੀਂ ਸੀਗੀ, ਗੇਂਦ ਸੀਗੀ ਪਾਕਿਸਤਾਨ ਦੇ ਵਿੱਚ, ਜਿਸ ਕਰਕੇ ਮਜਬੂਰਨ ਉਹਨਾਂ ਨੂੰ ਖੋਲਣਾ ਪਿਆ, ਮਜਬੂਰਨ ਉਹਨਾਂ ਨੂੰ ਖੋਲਣਾ ਪਿਆ। ਜੇ ਅੱਜ ਮੋਦੀ ਜੀ ਕਹਿ ਦਿੰਦੇ ਅਸੀਂ, ਔਰ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਧਾਰਾ 370 ਕਸ਼ਮੀਰ ਦੇ ਵਿੱਚ ਲੱਗੀ, ਬਾਦਲ ਜਿਹੜੇ ਛਾ ਗਏ ਸੀਗੇ ਕਿ ਖੁੱਲੇਗਾ ਨਹੀਂ ਖੁੱਲੇਗਾ, ਉਹ ਵੀ ਸਾਫ਼ ਤੌਰ ਦੇ ਉੱਤੇ ਦਸਤਕ ਦਿੰਦੀ ਹੈ। ਜੀ ਆਪਣੀ ਗੱਲ ਨੂੰ ਕੰਪਲੀਟ ਕਰੋ ਸ਼ਮੀ ਜੀ। ਹਾਂ, ਦੂਸਰੀ ਗੱਲ, ਕਾਲੀ ਸੂਚੀ ਦੇਖੋ, ਕਾਂਗਰਸ ਗੌਰਮੈਂਟ ਵੇਲੇ ਉਹਨਾਂ ਨੇ ਇੱਕ ਬੰਦਾ ਵੀ ਨਹੀਂ ਰਿਮੂਵ ਕੀਤਾ, ਤੇ ਅਸੀਂ ਰਿਕੁਐਸਟ ਕੀਤੀ ਸੀ 14 ਦੇ ਵਿੱਚ ਮੋਦੀ ਜੀ ਨੂੰ ਵੀ ਤੁਸੀਂ ਇਹ ਕਾਲੀ ਸੂਚੀ ਖਤਮ ਕਰੋ। ਅੱਜ ਸਿਰਫ 2 ਬੰਦੇ ਰਹਿ ਗਏ ਕਾਲੀ ਸੂਚੀ ਦੇ ਵਿੱਚ, ਸਾਰੇ ਉਹਨਾਂ ਨੇ ਰਿਮੂਵ ਕਰਤੇ ਆ, ਤੇ ਅਸੀਂ ਕਿਉਂ ਨਾ ਕਹੀਏ ਵੀ ਬੀਜੇਪੀ ਸਿੱਖਾਂ ਲਈ ਕਰ ਰਹੀ ਹੈ। ਮੈਂ ਕਹਿ ਰਿਹਾ ਕਿ ਕਥਨੀ ਤੇ ਕਰਨੀ ਚ ਬਹੁਤ ਫਰਕ ਹੁੰਦਾ ਹੈ। ਅੱਜ ਅਸਾਈਲਮ ਵਾਲੇ ਵੀ ਅਗਰ ਜਾਂਦੇ ਹਨ, ਉਹਨਾਂ ਨੂੰ ਵੀ ਧੱਕੇ ਮਾਰ ਕੇ ਬਾਹਰ ਭੇਜ ਦਿੱਤਾ ਜਾਂਦਾ ਹੈ। ਗੱਲਾਂ ਕਰਨ ਚ ਔਰ ਉਹਨੂੰ ਇੰਪਲੀਮੈਂਟ ਕਰਨ ਚ ਜ਼ਮੀਨ ਆਸਮਾਨ ਦਾ ਫਰਕ ਹੈ। ਸੱਜਣ ਕੁਮਾਰ ਜੇਲ੍ਹ ਚ ਵੀ ਗਿਆ, ਜਿਹਨੂੰ ਕਿ ਕਾਂਗਰਸ ਗਵਰਨਮੈਂਟ ਦੁਆਰਾ ਦੁਆਰਾ ਇਲੈਕਸ਼ਨ ਲੜਨ ਦੀ ਟਿਕਟ ਵੀ ਦਿੰਦੀ ਸੀ, ਤੇ ਉਹੀ ਸੱਜਣ ਕੁਮਾਰ ਹੈ ਅੰਦਰ ਸਿਰਫ ਬੀਜੇਪੀ ਗਵਰਨਮੈਂਟ ਕਰਕੇ ਗਿਆ ਹੈਗਾ। ਤੇ ਤੁਸੀਂ ਹੋਰ ਕਈ ਮੁੱਦੇ ਹੈਗੇ ਜਿਹੜੇ ਇਹਨਾਂ ਨੇ ਸਾਡੇ ਪੂਰੇ ਕੀਤੇ ਆ। 9 ਬੰਦਿਆਂ ਦੀ ਰਿਲੀਜ਼ ਕੀਤੀ ਹੈ, ਕਾਂਗਰਸ ਨੇ ਨੀ ਕਦੇ ਕੀਤੀ। ਕਾਂਗਰਸ ਗਵਰਨਮੈਂਟ ਨੇ ਰਿਲੀਜ਼ ਕਿੱਥੇ ਕੀਤੀ ਹੈ ਸ਼ਮੀ ਜੀ? ਕਿਹੜੇ ਬੰਦੇ ਨੂੰ ਕੰਪਨਸੇਸ਼ਨ ਮਿਲੀ ਹੈ? ਕਰਤਾਰਪੁਰ ਲਾਂਘਾ ਵਾਜ਼, ਕਰਤਾਰਪੁਰ ਲਾਂਘਾ ਵਾਜ਼ ਅ ਲਿਟਮਸ ਟੈਸਟ ਫਾਰ ਨਰਿੰਦਰ ਮੋਦੀ ਐਂਡ ਹੀ ਡਿਡ ਇਟ ਬਿਕੋਜ਼ ਪਾਕਿਸਤਾਨ ਵਾਜ਼ ਦੇਅਰ। ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਇਹ ਤੇ ਗੱਲ ਇੱਕ ਵੀ ਹੁਣ ਸੇਗੋ ਸਾਰੀਆਂ ਗੱਲਾਂ ਖੁੱਲ ਰਹੀਆਂ ਨਾ ਸ਼ਮੀ ਜੀ, ਸਾਰੀ ਗੱਲਾਂ ਖੁੱਲ ਰਹੀਆਂ। ਅਸੀਂ ਵੀ ਤੁਹਾਨੂੰ ਇਸ ਮੰਚ ਦੇ ਉੱਤੇ ਲੈ ਕੇ ਆਏ ਸੀਗੇ ਔਰ ਸ਼ਮੀ ਜੀ, ਅਸੀਂ ਤੁਹਾਨੂੰ ਇਸ ਮੰਚ ਦੇ ਉੱਤੇ ਲੈ ਕੇ ਆਏ ਸੀਗੇ ਔਰ ਤੁਸੀਂ ਇਹ ਗੱਲਾਂ ਪਹਿਲੇ ਵੀ ਕਹੀਆਂ ਸੀਗੀਆਂ। ਹੁਣ ਉਹਦੇ ਸਾਰੇ ਸਬੂਤ ਖੁਦ ਆਪ ਤੁਹਾਡੇ ਲੀਡਰ ਦੇ ਰਹੇ ਹਨ, ਕੋਈ ਹੋਰ ਛੋਟਾ ਮੋਟਾ ਲੀਡਰ ਨਹੀਂ ਦੇ ਰਿਹਾ, ਤੁਹਾਡੀ ਪਾਰਟੀ ਦਾ ਸਭ ਤੋਂ ਵੱਡਾ ਲੀਡਰ ਦੇ ਰਿਹਾ ਅਮਿਤ ਸ਼ਾਹ। ਅੱਜ ਦੇਖੋ ਜੀ, ਜਿੰਨੀ ਦੇਖੋ ਸਾਡੇ ਕੋਲ ਉਹ ਹੋਮ ਅਫੇਅਰਸ ਦੇ ਆਰਡਰ ਨਹੀਂ ਹੈ, ਸਿਰਫ ਅਸੀਂ ਨਿਊਜ਼ ਪੇਪਰ ਦੇ ਵਿੱਚ ਪੜ੍ਹਿਆ ਸੀ। ਹੁਣ ਇਹ ਗੱਲ ਹੋਈ ਹੈ ਤੇ ਅਸੀਂ ਹੋਮ ਅਫੇਅਰਸ ਤੋਂ ਉਹ ਆਰਡਰ ਦੀ ਕਾਪੀ ਮੰਗਾਵਾਂਗੇ। ਐਗਜ਼ੈਕਟਲੀ ਕੀ ਆਰਡਰ? ਬਲਜਿੰਦਰ ਜੀ, ਤੁਹਾਨੂੰ ਇਹ ਸਭ ਕੰਮ ਪਹਿਲੇ ਕਰਨੇ ਚਾਹੀਦੇ ਸੀਗੇ, ਤੁਹਾਡਾ ਹੋਮਵਰਕ ਜਿਹੜਾ ਸੀਗਾ ਉਹ ਪਹਿਲੇ ਹੋਣਾ ਚਾਹੀਦਾ ਸੀਗਾ। ਨਹੀਂ ਨਹੀਂ, ਸਾਨੂੰ ਪਤਾ ਅੱਜ ਅੱਜ ਹੋਮਵਰਕ ਇਨਕੰਪਲੀਟ ਹੈ, ਜਿਹਦਾ ਘਾਣ ਹੁਣ ਕੌਮ ਦੇ ਵਿੱਚ ਹੋਇਆ, ਜਿਹਦਾ ਹੁਣ ਸਾਰਾ ਜਿਹੜਾ ਮਜਬੂਰਨ ਫਾਇਦਾ ਜਿਹੜਾ ਹੁਣ ਦੂਜੇ ਜਿਹੜੀ ਕਮਿਊਨਿਟੀ ਹੈ ਉਹ ਚੁੱਕ ਕੇ ਲੈ ਜਾ ਸਕਦੀ ਹੈ, ਵਿਰੋਧੀ ਧਿਰ ਲੈ ਜਾ ਸਕਦਾ। ਅੱਜ ਕਿੱਥੇ ਫਾਇਦਾ ਪਹੁੰਚਿਆ ਜ਼ਮੀਨੀ ਪੱਧਰ ਤੇ? ਸਤਪਾਲ ਸਿੰਘ ਬਰਾੜ ਜੀ, ਤੁਹਾਡਾ ਇਨ ਫਿਊਚਰ ਅਗਰ ਬੀਜੇਪੀ ਇਹੀ ਕੰਮ ਕਰਦੀ ਰਹੀ, ਅਜਿਹੇ ਬਿਆਨ ਆਉਂਦੇ ਰਹੇ, ਕੀ ਤੁਹਾਡੀ ਪਾਰਟੀ ਜਿਹੜੀ ਹੈ ਉਹ ਆਪਣਾ ਭਾਈਵਾਲ ਤੋੜੇਗੀ ਜਾਂ ਸਿੱਖਾਂ ਦੇ ਨਾਲ ਖੜੀ ਹੋਵੇਗੀ ਜਾਂ ਫਿਰ ਵਾਕਿਆ ਹੀ ਭਾਈਵਾਲ ਤੁਸੀਂ ਬਣਾ ਕੇ ਰੱਖੋਗੇ? ਦੇਖੋ ਜੀ, ਸਾਰਾ ਕੁਛ ਅੱਜ ਦੀ ਜੋ ਘਟਨਾ ਹੋਈ ਹੈ, ਜੋ ਅੱਜ ਭਰੀ ਸਭਾ ਦੇ ਵਿੱਚ ਮੁੱਕਰੇ ਆ, ਉਹਨੇ ਸਾਡੇ ਦਿਲਾਂ ਨੂੰ ਬਹੁਤ ਠੇਸ ਪਹੁੰਚਾਈ ਹੈ। ਅਸੀਂ ਦੁਨੀਆਂ ਭਰ ਦੇ ਸਿੱਖਾਂ ਦੇ ਨਾਲ ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਰੇ ਨੌਜਵਾਨ ਸਾਡੇ ਸਾਰੇ ਬੰਦੀ ਸਿੰਘ ਰਿਹਾ ਹੋਣ। ਦੂਸਰੀ ਗੱਲ ਜਿਹੜੀ ਤੁਸੀਂ ਆਖੀ ਸਮਝੌਤੇ ਹੈ, ਸਮਝੌਤੇ ਰਾਜ ਕਰਨਾ ਸਾਡੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਵੀ ਪ੍ਰਿਓਰਟੀ ਨਹੀਂ ਗੀ। ਇੱਕ ਮੰਗ ਮੰਗੀ ਸੀਗੀ ਸਿੱਖਾਂ ਨੇ, ਬੰਦੀ ਸਿੰਘਾਂ ਦੀ ਰਿਹਾਈ, ਉਹ ਤੱਕ ਨਹੀਂ ਕਰਵਾਈ ਗਈ ਤੁਹਾਡੇ ਤੋਂ ਬੀਜੇਪੀ ਨਾਲ। ਅਹੁਦੇ ਲਿੱਤੇ ਗਏ ਨੇ ਤੁਹਾਡੀ ਪਾਰਟੀ ਦੇ ਵੱਲੋਂ, ਤੁਹਾਡੇ ਸੀਨੀਅਰ ਲੀਡਰਸ਼ਿਪ ਨੇ ਅਹੁਦੇ ਲਿੱਤੇ ਹਨ, ਕੰਮ ਨਹੀਂ ਕੀਤਾ ਕੁਝ। ਲੌਂਗੋਵਾਲ ਸਾਹਿਬ ਦਾ ਬਿਆਨ ਪੜ੍ਹ ਲਓ, ਸਾਡੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ SGPC ਸਾਹਿਬ ਦੀਆਂ ਦੁਨੀਆਂ ਭਰ ਦੀਆਂ ਜੋ ਸਿੱਖ ਜਥੇਬੰਦੀਆਂ ਇਸ ਇਸ਼ੂ ਤੇ ਇਕੱਠੀਆਂ ਹੈ, ਔਰ ਭਾਈ ਰਾਜੋਣਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੋਲਡ ਕੀਤਾ ਹੈਗਾ, ਅਗਰ ਉਹ ਤੱਕ ਨਹੀਂ ਕਰਵਾ ਪਾ ਰਹੀ, DSGMC ਦੇ ਉੱਤੇ ਹੋਲਡ ਕੀਤਾ ਹੈਗਾ, ਜਿੰਨੀ ਵੀ ਸਿੱਖਾਂ ਦੀ ਜਮਾਤਾਂ ਹਨ ਉਹਨਾਂ ਦੇ ਉੱਤੇ ਹੋਲਡ ਕੀਤਾ ਹੈਗਾ। ਜੇ ਤੁਸੀਂ ਉੱਥੇ ਰਹਿ ਕੇ ਹੀ, ਭਾਰਤ ਦੇ ਵਿੱਚ ਰਹਿ ਕੇ ਹੀ ਤੁਸੀਂ ਸਿੱਖਾਂ ਦੇ ਕੰਮ ਨਹੀਂ ਕਰਵਾ ਪਾਓਗੇ, ਤਾਂ ਸੱਤ ਸਮੁੰਦਰ ਪਾਰ ਸਾਨੂੰ ਤੁਹਾਡੇ ਤੋਂ ਕੀ ਉਮੀਦ ਹੋਵੇਗੀ? SGPC ਲੋਕਤੰਤਰ ਤਰੀਕੇ ਦਾ ਚੋਣੀ ਸੰਸਥਾ ਹੈ, ਜਿਹਦੇ ਵਿੱਚ ਸਿੱਖਾਂ ਨੇ
ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਹੋਇਆ, ਵਿਸ਼ਵਾਸ ਪ੍ਰਗਟ ਕੀਤਾ। ਅਸੀਂ ਉਸੇ ਦਿਨਾਂ ਤੇ ਅੱਜ ਵੀ ਪਹਿਲਾਂ ਵੀ ਐਸ ਜੀ ਪੀ ਸੀ ਨੇ ਵੀ ਇਸ ਮੁੱਦੇ ਤੇ ਜੋ ਡਾਇਰੈਕਟ ਪਟੀਸ਼ਨ ਪਾਈ ਸੀ, ਮਰਜ਼ੀ ਪਟੀਸ਼ਨ ਭਾਈ ਰਾਜੂਆਣਾ ਦੀ, ਉਹ ਵੀ ਐਸ ਜੀ ਪੀ ਸੀ ਨੇ ਪਾਈ ਸੀਗੀ। ਸੋ ਇਸ ਤਰ੍ਹਾਂ ਨੀ ਹੁੰਦਾ ਕਿ ਅਸੀਂ ਸਾਡਾ ਕੰਮ ਜਾਇਦਾ, ਨਹੀਂ ਇਸ ਤਰ੍ਹਾਂ ਵੀ ਦੇਖੋ ਇਹ ਜੋ ਵਾਅਦਾ ਕਰਕੇ ਮੁਕਰ ਜਾਣਾ, ਇਹ ਸਾਹਮਣੇ ਸਭ ਦੇ ਸਾਹਮਣੇ ਹੈ, ਸਾਡੇ ਨਾਲ ਹੀ ਇਹ ਮਨੁੱਖਤਾ ਦੇ ਨਾਲ ਇੱਕ ਤਰ੍ਹਾਂ ਦਾ ਅਸੀਂ ਕਹਿੰਦੇ ਵਿਸ਼ਵਾਸਘਾਤ ਹੈ, ਔਰ ਅਜੇ ਅਸੀਂ ਉਮੀਦ ਰੱਖਦੇ ਹਾਂ ਕਿ ਇਹਦੇ ਚ ਕੋਈ ਨਾ ਕੋਈ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ। ਸ਼ਮੀ ਜੀ, ਸ਼ਮੀ ਜੀ, ਗਰੰਟੀ ਦਿੰਦਾ ਕਿ ਕਦੇ ਵੀ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੋਣ ਨਹੀਂ ਦੇਊਗਾ, ਭਾਈ ਰਾਜੂਆਣਾ ਨੂੰ ਫਾਂਸੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਜੁੱਟ ਕਰ ਸਕਣ। ਸ਼ਮੀ ਜੀ, ਚਲੋ ਹੁਣ ਜਿਹੜੀ ਗੱਲ ਕਹੀ ਹੈ ਕਿ ਹੁਣ ਫਾਂਸੀ ਜਿਹੜੀ ਹੈ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ, ਕੱਲ ਨੂੰ ਕੀ ਫਿਰ ਕੋਰਟ ਦੇ ਵਿੱਚ ਅਗਰ ਸੁਣਵਾਈ ਹੁੰਦੀ ਹੈ ਕਿ ਕੀ ਵਾਪਸ ਮੁੜ ਤੋਂ, ਕਿਉਂਕਿ ਅਦਾਲਤ ਦੇ ਵਿੱਚ ਮੁੜ ਤੋਂ ਪਟੀਸ਼ਨ ਪਾਈ ਗਈ ਹੈ ਕਿ ਨਹੀਂ ਬਲਵੰਤ ਸਿੰਘ ਰਾਜੂਆਣਾ ਹੋਰਾਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ, ਉਹਦੇ ਉੱਤੇ ਕੀ ਸਟੈਂਡ ਰਹੇਗਾ ਬੀਜੇਪੀ ਦਾ, ਕੀ ਸਟੈਂਡ ਰਹੇਗਾ ਤੁਹਾਡਾ? ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਾਂ, ਸਿੱਖ ਅਫੇਅਰਸ ਬੀਜੇਪੀ ਦਾ ਸਿੱਖਾਂ ਦੇ ਨਾਲ ਹੈ, ਜੇ ਅਸੀਂ ਨਾਲ ਹਾਂ ਤੇ ਅਸੀਂ ਹੀ ਇਹ ਮੁੱਦਾ ਉਠਾਇਆ। ਸ਼ਮੀ ਜੀ, ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਗਲਤੀ ਹੋਈ ਹੈ ਤੁਹਾਡੇ ਤੋਂ, ਤੁਸੀਂ ਲਿਖਤ ਦੇ ਵਿੱਚ ਨਹੀਂ ਦਿੱਤਾ? ਮੈਂ ਉਹੀ ਤੁਹਾਨੂੰ ਉੱਥੇ ਮੈਂ ਆਨਸਰ ਦੇ ਰਿਹਾ, ਅਸੀਂ ਸਿੱਖਾਂ ਦੇ ਨਾਲ ਹਾਂ, ਜੇ ਅਸੀਂ ਨਾਲ ਹਾਂ ਤੇ ਇਹ ਮੁੱਦੇ ਜਿਹੜੇ ਬੀਜੇਪੀ ਸ਼ੁਰੂ ਤੋਂ ਕਹਿੰਦੀ ਹੋਈ ਆ ਰਹੀ ਹੈ, ਅਸੀਂ ਹਮਦਰਦ ਆ ਸਿੱਖਾਂ ਦੇ, ਅਸੀਂ ਸਿੱਖਾਂ ਦੇ ਨਾਲ ਖੜੇ ਹਾਂ, ਸਿੱਖ ਸਾਡੇ ਭਰਾ ਨੇ, ਸਿੱਖਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ, ਗੱਲਾਂ ਤੋਂ ਇਲਾਵਾ ਕੁਝ ਇੰਪਲੀਮੈਂਟ ਵੀ ਕਰਕੇ ਵਿਖਾਓ ਨਾ ਜ਼ਮੀਨੀ ਪੱਧਰ ਤੇ। ਸ਼ਮੀ ਜੀ, ਨਾਲ ਆ ਸਿੱਖਾਂ ਦੇ ਤੇ ਇਸੇ ਕਰਕੇ ਸਿੱਖਾਂ ਦੇ ਮੁੱਦੇ ਅਸੀਂ ਮੋਦੀ ਜੀ ਨੂੰ ਦਿੱਤੇ ਸੀ ਤੇ ਉਹਨਾਂ ਨੇ ਇਹ ਸਿੱਖਾਂ ਦੇ ਮੁੱਦੇ ਮੰਨੇ ਵੀ ਹੈਗੇ, ਤੇ ਜਿਹੜਾ ਮੁੱਦਾ ਇਹ ਕਹਿ ਰਹੇ ਹੋਗੇ ਵੀ ਉਹ ਮੁੱਕਰ ਗਿਆ ਜੀ, ਪਹਿਲੀ ਗੱਲ ਤਾਂ ਅਸੀਂ ਐਗਜ਼ੈਕਟ ਆਰਡਰ ਨਹੀਂ ਦੇਖੀ ਹੈ ਹੋਮ ਅਫੇਅਰਸ ਦੇ, ਆਰਡਰ ਉਹਨਾਂ ਦੀ ਕਾਪੀ ਹੁਣ ਜ਼ਰੂਰ ਮੰਗਾਵਾਂਗੇ ਅਸੀਂ, ਉਹ ਤੇ ਚੈੱਕ ਕਰਾਂਗੇ ਐਗਜ਼ੈਕਟਲੀ ਆਰਡਰ ਕੀ ਸੀਗੇ ਜੀ, ਜੇ ਜੇ ਉਹਨਾਂ ਨੇ ਮੰਨਿਆ ਸੀ ਪਹਿਲਾਂ ਇਹ ਜੀ, ਤੇ ਹੁਣ ਉਸ ਦੇ ਵਿੱਚ ਜੇ ਲਿਖਿਆ ਹੋਇਆ ਹੈ ਤੁਸੀਂ ਤੁਸੀਂ ਦੋਵੇਂ ਮੇਰੇ ਨਾਲ ਬਣੇ ਰਹੋ ਜੀ, ਸ਼ਮੀ ਜੀ ਤੁਸੀਂ ਦੋਵੇਂ ਮੇਰੇ ਨਾਲ ਬਣੇ ਰਹੋ, ਜ਼ਰੂਰ ਉਹਨਾਂ ਨੂੰ ਇਹ ਗੱਲ ਪੁੱਛਾਂਗੇ। ਮੈਂ ਆਪਣੇ ਦਰਸ਼ਕਾਂ ਨੂੰ ਹੁਣ ਅਪੀਲ ਕਰਦਾ ਕਿ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਕੋਈ ਵੀ ਸਵਾਲ ਤੁਹਾਡਾ ਅਗਰ ਬੀਜੇਪੀ ਦੇ ਬੁਲਾਰੇ ਦੇ ਨਾਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਨਾਲ ਹੈ ਜਾਂ ਕੋਈ ਵੀ ਤੁਸੀਂ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹੋ, ਹੁਣ ਮੈਂ ਤੁਹਾਨੂੰ ਸੱਦਾ ਦਿੰਦਾ, ਯੂ ਆਰ ਵੈਲਕਮ, ਤੁਸੀਂ ਆਓ ਆਪਣੇ ਵਿਚਾਰ ਮੇਰੇ ਨਾਲ ਇਸ ਮੰਚ ਦੇ ਉੱਤੇ ਰੱਖੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਜੇਕਰ ਤੁਸੀਂ ਕਾਲ ਨਹੀਂ ਕਰ ਸਕਦੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ। ਫਿਲਹਾਲ ਰੁਕ ਰਹੇ ਹਾਂ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ ਤੇ ਮੈਂ ਹੁਣ ਉਹਨਾਂ ਨੂੰ ਵੀ ਸੁਣਨਾ ਚਾਹਾਂਗਾ ਕਿ ਉਹ ਇਸ ਮੁੱਦੇ ਦੇ ਉੱਤੇ ਕੀ ਕੁਝ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਨ। ਤਾਂ ਲੈਣੇ ਅਸੀਂ ਆਪਣੇ ਪਹਿਲੇ ਕਾਲਰ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਬੜਾ ਭਖਦਾ ਮੁੱਦਾ ਲੈ ਕੇ ਆਏ ਤੁਸੀਂ ਤੇ ਬਿਲਕੁਲ ਅੰਗਾਰਿਆਂ ਦੇ ਹੱਥ ਰੱਖੇ ਅੱਜ। ਜੀ 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 ਜੀ, ਜਿਹੜੇ ਦੋਵੇਂ ਤੁਸੀਂ ਭਾਈ ਸਾਹਿਬ ਲਿਆਂਦੇ ਨੇ ਨਾ ਟੀਵੀ ਤੇ ਜੀ, ਇਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੁਹਾਡੇ ਜਿੰਨੇ ਵੀ ਸਰੋਤੇ ਨੇ ਜਸ ਪੰਜਾਬੀ ਨੂੰ ਵੇਖਣ ਵਾਲੋ ਜੀ, ਚਰਨ ਸਿੰਘ ਪ੍ਰੇਮਪੁਰਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੇਮਪੁਰਾ ਸਾਹਿਬ, ਸਭ ਠੀਕ ਹੈ, ਖੈਰੀਅਤ? ਬੜੀ ਕਿਰਪਾ ਤੁਹਾਡੀ, ਤੁਸੀਂ ਸੁਣਾਓ। ਬਸ ਜੀ, ਚੜ੍ਹਦੀ ਕਲਾ, ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਖਬਰ ਨੂੰ ਔਰ ਇਸ ਬਿਆਨ ਨੂੰ? ਇਹ ਸਾਰਾ ਕੁਝ ਸਿਆਸੀ ਡਰਾਮਾ ਹੈ। ਹੁਣ ਜਿਹੜੇ ਆਪਣੇ ਰਾਜੂਆਣਾ ਸਾਹਿਬ ਦੇ ਬਾਰੇ ਬੋਲ ਰਹੇ ਨੇ, ਰਾਜੂਆਣਾ ਸਾਹਿਬ ਵੀ ਸਿੰਘ ਏ, ਹਵਾਰਾ ਸਾਹਿਬ ਵੀ ਸਿੰਘ ਏ, ਉਹਨਾਂ ਬਾਰੇ ਇਹਨਾਂ ਦੇ ਮੂੰਹ ਚ ਕਦੇ ਗੱਲ ਨੀ ਨਿਕਲੀ। ਦੂਜੀ ਗੱਲ, ਰਾਜੂਆਣਾ ਸਾਹਿਬ ਨੂੰ ਤੇ ਬਾਅਦ ਚ ਬਚਾਉਣ ਜਿਹੜੇ ਪੰਥਕ ਕਹਿੰਦੇ ਨੇ, ਅਸੀਂ ਪੰਥ ਮੋਢਿਆਂ ਦੇ ਚੁੱਕੇ ਆ, ਬਾਕੀ ਨਾ ਕਿਸੇ ਖਾਲਿਸਤਾਨ ਨੂੰ ਵਾਲੇ ਨੂੰ ਪੰਥ ਮੰਨਦੇ ਨੇ, ਨਾ ਦੂਜੇ ਕਾਂਗਰਸੀਆਂ ਨੂੰ ਮੰਨਦੇ ਨੇ, ਨਾ ਬੀਜੇਪੀ ਵਾਲੇ ਸਿੱਖਾਂ ਨੂੰ ਮੰਨਦੇ ਨੇ, ਸਿਰਫ ਅਕਾਲੀਆਂ ਦਾ ਪੰਥ ਹੈ। ਪਹਿਲਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਤੇ ਹਿਸਾਬ ਕਰਾ ਲੈਣ, ਫਿਰ ਉਹਨਾਂ ਦੇ ਗੁਰੂ ਦੇ ਸਿੱਖਾਂ ਦਾ ਵੀ ਬਾਅਦ ਵਿੱਚ ਕਰਾ ਲਿਆ ਜੇ। ਜਿਹੜਾ ਹਾਜ਼ਰ ਨਾਜ਼ਰ ਗੁਰੂ, ਉਹਦੇ ਬਾਰੇ ਤੇ ਮੂੰਹ ਨੀ ਖੋਲਦੇ, ਉਹਦੀ ਬੇਅਦਬੀ ਦਾ ਤੇ ਇਲਾਜ ਕਰਾ ਲਓ, ਫਿਰ ਬਾਅਦ ਵਿੱਚ ਕਿ ਸਿੱਖ ਨੂੰ ਵੀ ਫਾਂਸੀ ਤੋਂ ਛੁਡਾ ਲਿਓ ਜੀ। ਜੀ 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 ਜੀ, ਪ੍ਰੇਮ ਪੁਰਾ ਸਾਹਿਬ, ਧੰਨਵਾਦ ਤੁਹਾਡਾ, ਮਿਹਰਬਾਨੀ ਤੁਹਾਡੀ, ਮਿਹਰਬਾਨੀ ਤੁਹਾਡੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਪਣੇ ਵਾਲੀਆ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ
ਵਧੀਆ ਜੀ ਭਖਵਾਂ ਮੁੱਦਾ ਆ। ਮੈਂ ਇਹ ਜਿਹੜਾ ਆਪਣਾ ਬਰਾੜ ਸਾਹਿਬ ਬੈਠੇ ਆ, ਹਾਂਜੀ, ਇਹਨਾਂ ਨੂੰ ਮੇਰਾ ਇੱਕ ਕੁਐਸਚਨ ਆ ਜੀ। ਇਹ ਦੁਨੀਆਂ ਦੇ ਵਿੱਚ ਕਹੀ ਜਾਂਦੇ ਆ ਸਿੱਖਾਂ ਨੂੰ ਬਹੁਤ ਬਲੂੰਦੜੇ ਗਏ, ਉਹਨਾਂ ਦੇ ਹਿਰਦੇ ਬਹੁਤ ਬਲੂੰਦੜੇ ਗਏ, ਜਿਹੜੇ ਪਾਰਲੀਮੈਂਟ ਚ ਨੀ ਬਿਠਾਲੇ ਆ ਉਹਨਾਂ ਦੇ ਨੀ ਬਲੂੰਦੜੇ ਜੀ 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 ਜੀ। ਤੇ ਬਾਕੀ ਉਹਨਾਂ ਨੂੰ ਕੋਈ ਟਿੱਪਣੀ ਕੀਤੀ ਆ ਉੱਥੇ ਜੀ 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 ਜੀ? ਇਹਨਾਂ ਦੇ ਬੰਦੇ ਜਿਹੜੇ ਹੈਗੇ ਅਕਾਲੀਆਂ ਦੇ, ਬਿਲਕੁਲ 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 ਬਿਲਕੁਲ, ਮੈਂ ਉਹ ਸਵਾਲ ਲੈਣਾ ਬਰਾੜ ਸਾਹਿਬ ਹੋਰਾਂ ਤੋਂ, ਮੇਰੇ ਨਾਲ ਹੀ ਨੇ ਬਰਾੜ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਏਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸ਼ਮਸ਼ੇਰ ਸਿੰਘ ਰੰਧਾਵਾ ਬੋਲਦਾ ਜੀ, ਮਲਵਾਕੀ ਤੋਂ। ਹਾਂਜੀ ਰੰਧਾਵਾ ਜੀ, ਠੀਕ ਹੋ? ਠੀਕ ਠਾਕ। ਹਾਂਜੀ, ਕੀ ਕੁਝ ਵਿਚਾਰ ਰੱਖਣਾ ਚਾਹੋਗੇ? ਮੈਂ ਛੋਟੀ ਜਿਹੀ ਇੱਕ ਗੱਲ ਕਹੂੰਗਾ ਵੀਰ ਜੀ, ਇਹ ਦੋਨੋਂ ਪਾਰਟੀਆਂ ਰਲ ਕੇ ਡਰਾਮਾ ਕਰ ਰਹੀਆਂ, ਜਿਹੜੇ ਪੰਜਾਬ ਦੀ ਅਗਲੀ ਇਲੈਕਸ਼ਨ ਤੱਕ ਇਹਨਾਂ ਇੱਦਾਂ ਲਟਕਾ ਕੇ ਰੱਖਣਾ, ਔਰ ਬਾਅਦ ਵਿੱਚ ਬੀਜੇਪੀ ਚਾਹੁੰਦੀ ਹੈ ਵੀ ਮੈਂ ਇਕੱਲੀ ਆਪਣੀ ਸਰਕਾਰ ਬਣਾਵਾਂ ਤੇ ਅਕਾਲੀ ਦੀ ਜਿਹੜਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਪਾਸੇ ਕਰ ਰਹੇ। ਥੈਂਕ ਯੂ ਵੀਰ ਜੀ। ਜੀ ਰੰਧਾਵਾ ਸਾਹਿਬ ਮਿਹਰਬਾਨੀ ਤੁਹਾਡੀ। ਸ਼ਮੀ ਜੀ ਜਵਾਬ ਦੇਣਾ ਚਾਹੋਗੇ ਇਸ ਗੱਲ ਦਾ? ਨਹੀਂ ਦੇਖੋ, ਬੀਜੇਪੀ ਤਾਂ ਸੀਰੀਅਸਲੀ ਸਿੱਖਾਂ ਲਈ ਕਰ ਰਹੀ ਹੈ, ਜੋ ਮੈਂ 5 ਸਾਲਾਂ ਤੋਂ ਦੇਖ ਰਿਹਾਗਾ, ਉਦੋਂ ਦਾ ਇਹਨਾਂ ਨਾਲ ਮੈਂ ਜੁੜਿਆ ਹੋਇਆਗਾ। ਇਹਦੇ ਚ ਕੋਈ ਐਸੀ ਕ੍ਰੈਡਿਟ ਵਾਲੀ ਗੱਲ ਨੀ ਹੈਗੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਐਗਜੈਕਟਲੀ ਮੈਨੂੰ ਸਾਨੂੰ ਆਰਡਰ ਦਾ ਨੀ ਪਤਾ ਕੀ ਲਿਖਿਆ ਸੀ ਉਸ ਦੇ ਵਿੱਚ, ਪਰ ਜੋ ਕੰਮ ਕਰ ਰਹੀ ਹੈ ਬੀਜੇਪੀ ਸੋ ਫਾਰ ਸਿੱਖਾਂ ਲਈ ਬਹੁਤ ਅੱਛੇ ਕਰ ਰਹੀ ਹੈਗੀ। ਜਿਵੇਂ ਕੀ? ਜਿਵੇਂ ਕੀ? ਜਿਵੇਂ ਕਿ ਤੁਹਾਡੇ ਮੈਂ ਪਹਿਲਾਂ ਦੱਸ ਚੁੱਕਿਆ, ਕਰਤਾਰਪੁਰ ਲਾਂਘੇ ਤੋਂ ਹਟ ਕੇ ਕੋਈ ਗੱਲ ਕਰੀਏ ਆਪਾਂ। ਨਹੀਂ, ਜਿਵੇਂ ਅਸਾਈਲਮ ਦਾ ਤੁਹਾਨੂੰ ਦੱਸਿਆ ਸੀ, ਸਿੱਖ ਜੈਨੋਸਾਈਡ ਦੇ ਜਿਹੜੇ ਕੇਸਿਸ ਸੀ ਉਹ ਖੋਲੇ ਹੈਗੇ, ਸੱਜਣ ਕੁਮਾਰ ਨੂੰ ਅੰਦਰ ਪਹੁੰਚਾਇਆ ਉਹਨਾਂ ਨੇ, ਤੇ ਇਸ ਤਰ੍ਹਾਂ ਦੇ ਕਾਫੀ ਮੁੱਦੇ ਉਹਨਾਂ ਨੇ ਕੀਤੇ ਹੈਗੇ ਸਾਡੇ ਮੰਨੇ ਆ, ਅੰਦਰ ਵੀ ਪਹੁੰਚਾਇਆ ਬਾਹਰ ਵੀ ਆ ਗਿਆ ਉਹ, ਫਿਰ ਪਤਾ ਨੀ ਅੰਦਰ ਜਾਊਗਾ ਕਿ ਨਹੀਂ ਜਾਊਗਾ, ਟਾਈਟਲਰ ਅੰਦਰ ਜਾਊਗਾ ਕਿ ਨਹੀਂ ਜਾਊਗਾ, ਕਮਲਨਾਥ ਜਾਊਗਾ ਕਿ ਨਹੀਂ ਜਾਊਗਾ, ਕੰਪਨਸੇਸ਼ਨ ਪਤਾ ਨਹੀਂ ਕਿਹਨੂੰ ਮਿਲੀ ਹੈਗੀ ਹੈ 5 ਲੱਖ ਰੁਪਏ ਦੀ। ਨਹੀਂ ਸੱਜਣ ਕੁਮਾਰ ਤਾਂ ਨਹੀਂ ਬਾਹਰ ਆਇਆ ਜੀ ਅਜੇ? ਹਾਂ ਸੱਜਣ ਕੁਮਾਰ ਨਹੀਂ ਆਇਆ, ਉਹ ਤਾਂ ਕਾਫੀ ਦੇਰ ਦਾ ਅੰਦਰ ਹੀ ਹੈਗਾ, ਉਹਨੇ ਕਈ ਵਾਰੀ ਆਪਣਾ ਬੇਲ ਲਈ ਐਪਲੀਕੇਸ਼ਨ ਦਿੱਤੀ ਹੈ, ਰਿਜੈਕਟ ਹੋ ਗਈ ਹੈ। ਮੈਂ ਕਹਿ ਰਿਹਾ ਨਹੀਂ ਹੁਣ ਸੱਜਣ ਕੁਮਾਰ ਵੀ ਬਾਹਰ ਆਊਗਾ ਨਹੀਂ ਆਊਗਾ ਉਹ ਵੀ ਪਤਾ ਚੱਲ ਜਾਊਗਾ, ਜਗਦੀਸ਼ ਟਾਈਟਲਰ ਦੇ ਨਾਲ ਕੀ ਕਰ ਰਹੇ ਹੋ, ਕਮਲਨਾਥ ਦੇ ਨਾਲ ਕੀ ਕਰ ਰਹੇ ਹੋ, ਕਈ ਹੋਰ ਸਾਰੇ ਹੋਰ ਜਿਹੜੇ ਸੀਗੇ ਕੇਸਿਸ 148 ਕੇਸਿਸ ਦੇ ਵਿੱਚ ਜਿਹੜੇ ਵਿਕਟਮ ਸੀਗੇ ਉਹਨਾਂ ਦੇ ਨਾਲ ਤੁਸੀਂ ਕੀ ਕਰ ਰਹੇ ਹੋ, ਕਿਹੜਾ ਕੰਪਨਸੇਸ਼ਨ ਉਹਨਾਂ ਨੂੰ ਮਿਲਿਆ, ਕਿਹਨੂੰ ਕਿਹਨੂੰ ਮਿਲਿਆ? ਔਰ ਮੈਂ ਉਹੀ ਦੱਸ ਕਰਾਂ ਜਿਹੜੇ 148 ਹੈ ਨਾ, ਸਮੀ ਜੀ ਕੀ ਤੁਹਾਡਾ ਇਹ ਗੇਮ ਪਲਾਨ ਤੇ ਨਹੀਂ ਹੈਗਾ ਇਨ ਫਿਊਚਰ ਟੂ ਗੈਟ ਬੀਜੇਪੀ ਗਵਰਨਮੈਂਟ ਇਨ ਪੰਜਾਬ ਐਂਡ ਦੈਨ ਯੂ ਵਿਲ ਰਿਲੀਜ਼ ਦਿਸ ਪ੍ਰਿਜ਼ਨਰਸ? ਨਹੀਂ ਨਹੀਂ ਦੇਖੋ ਜੇ ਬੀਜੇਪੀ ਗਵਰਨਮੈਂਟ ਆ ਜੇ ਪੰਜਾਬ ਤਾਂ ਪੰਜਾਬ ਦਾ ਸਭ ਤੋਂ ਵੱਧ ਭਲਾ ਹੋਏਗਾ। ਅੱਛਾ, ਕਿਵੇਂ 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 ਹੋਏਗਾ ਭਲਾ, ਅਗਰ ਬੀਜੇਪੀ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਕਿਵੇਂ ਭਲਾ ਹੋਊਗਾ? ਕਿਉਂਕਿ ਸਿੱਖਾਂ ਦੇ ਕੰਮ ਕਰ ਰਹੀ ਆ ਉਹ। ਹਾਂ, ਕਿਹੜੇ ਕਿਹੜੇ? ਕਾਂਗਰਸ ਨੇ ਕੀ ਕੀਤਾ ਜੀ, ਤੁਹਾਨੂੰ ਗੜਾ ਚੁੱਕਿਆ ਮੈਂ ਕਾਫੀ ਤੇ ਕੰਮ ਰੀਸੈਂਟਲੀ। ਨਹੀਂ, ਸਿੱਖਾਂ ਦੇ ਕੰਮ ਤੇ ਜ਼ਰੂਰੀ ਹਨ, ਲੇਕਿਨ ਪੰਜਾਬ ਦੇ ਵਿੱਚ ਹੋਰ ਵੀ ਭਾਈਚਾਰਾ ਵਸਦਾ, ਉਹਦੇ ਲਈ ਬੀਜੇਪੀ ਕਿਵੇਂ ਵਚਨਬੱਧ ਹੋਵੇਗੀ? ਕੀ ਗੇਮ ਪਲਾਨ ਹੋਏਗਾ? ਕੀ ਤੁਸੀਂ ਰਿਫਾਰਮਸ ਲੈ ਕੇ ਆਓਗੇ? ਕੀ ਪਾਲਿਸੀਜ਼ ਲੈ ਕੇ ਆਓਗੇ? ਦੇਖੋ ਕੀ ਪਤਾ ਤੁਹਾਨੂੰ, ਕੀ ਪਤਾ ਬੀਜੇਪੀ ਨੂੰ ਪੰਜਾਬ ਦੇ ਬਾਰੇ? ਮੈਂ ਜ਼ਰੂਰ ਜਾਣਨਾ ਚਾਹੁੰਦਾ। ਦੇਖੋ ਜਿਸ ਤਰ੍ਹਾਂ ਬੀਜੇਪੀ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਪ੍ਰੋਗਰੈਸ ਕੀਤੀ ਹੈ, ਦਿਖਾਈ ਹੈ, ਤੇ ਸਾਨੂੰ ਪੂਰੀ ਉਮੀਦ ਹੈ ਪੰਜਾਬ ਦੇ ਵਿੱਚ ਵੀ ਪ੍ਰੋਗਰੈਸ ਹੋਏਗੀ। ਬਿਲਕੁਲ ਪ੍ਰੋਗਰੈਸ ਹੋਏਗੀ। ਹੁਣ ਤਾਂ 8.5 ਜੀਡੀਪੀ ਤੋਂ 4. ਸਮਥਿੰਗ ਜਿਹੜੀ ਜੀਡੀਪੀ ਚਲੀ ਗਈ ਹੈ, ਕਿੰਨੀ ਵਧੀਆ ਵਿਕਾਸ, ਕਿੰਨਾ ਵਧੀਆ ਪ੍ਰੋਗਰੈਸ ਕੀਤਾ ਬੀਜੇਪੀ ਨੇ ਇੰਡੀਆ ਦੇ ਵਿੱਚ, ਵੱਖ ਵੱਖ ਸਟੇਟਾਂ ਦੇ ਵਿੱਚ ਵੀ। ਅਪਸ ਐਂਡ ਡਾਊਨ ਤਾਂ ਹਰ ਕੰਟਰੀ ਚ ਹੀ ਆਉਂਦੇ ਹੈਗੇ, ਸੋ ਵੀ ਕੈਨ ਨਾਟ ਸੇ ਵੀ ਇਹ ਸ਼ਮੀ ਜੀ ਕਿਹੜੇ ਕਿਹੜੇ ਪ੍ਰੋਗਰੈਸ ਦੀ ਅਸੀਂ ਗੱਲ ਕਰ ਰਹੇ ਹਾਂ, ਕਿਹੜੀ ਪ੍ਰੋਗਰੈਸ ਦੀ ਅਸੀਂ ਗੱਲ ਕਰ ਰਹੇ ਹਾਂ? ਜਿਮ ਇੰਡਸਟਰੀ ਵਗੈਰਾ ਜਿਹੜੇ ਲੈ ਕੇ ਆਣਗੇ, ਜੋ ਤੁਹਾਨੂੰ ਪਤਾ ਲੱਗਿਆ ਕਿਹੜੀ ਇੰਡਸਟਰੀ ਲਿਆਉਣਗੇ, ਕੋਈ ਨਹੀਂ ਲੱਗੀ ਕਿਹੜੀ ਕਿਹੜੀ ਕਿਹੜੀ। ਹੁਣ ਮੈਂ ਇੱਕ ਇੱਕ ਤਾਂ ਨਹੀਂ ਜਾ ਸਕਦਾ, ਮੈਂ ਤੁਹਾਨੂੰ ਦੱਸ ਰਿਹਾ ਵੀ ਇੰਡਸਟਰੀ ਵੀ ਆਏਗੀ, ਸਾਰਾ ਕੁਝ ਕਰੇਗੀ, ਜਿਸ ਤਰ੍ਹਾਂ ਹੁਣ ਕੰਮ ਕਰ ਰਹੀ ਹੈ ਸਿੱਖਾਂ ਦੇ ਲਈ, ਤੇ ਸਾਨੂੰ। ਚਲੋ ਸ਼ਮੀ ਜੀ, ਮੇਰੇ ਨਾਲ ਕਾਫੀ ਸਾਰੇ ਕਾਲਰ ਜੁੜੇ ਹੋਏ ਉਹਨਾਂ ਨੂੰ ਵੀ ਆਪਾਂ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਜੀਤ ਸਿੰਘ ਥਿੰਦ ਬੋਲ ਰਿਹਾ, ਜਰਾ ਇੰਟਰਪਟ ਨਾ ਕਰਿਓ ਮੈਨੂੰ ਜੀ। ਥਿੰਦ ਸਾਹਿਬ, ਗੋ ਅਹੈਡ। ਹਾਂਜੀ, ਮੈਂ ਸਭ ਤੋਂ ਪਹਿਲਾਂ ਜਿਹੜੇ ਬੀਜੇਪੀ ਦੇ ਪ੍ਰੈਜ਼ੀਡੈਂਟ ਬੈਠੇ ਨੇ ਉਹਨਾਂ ਨੂੰ ਕਰੈਕਟ ਕਰਨਾ ਚਾਹੁੰਦਾ ਜੀ। ਜਿਹੜੇ 146 ਬੰਦੇ ਛੱਡੇ ਗਏ ਅਕਾਲੀ ਸੂਚੀ ਚੋਂ, ਉਹ ਛੱਡੇ ਗਏ ਸੀ ਡਾਕਟਰ ਮਨਮੋਹਨ ਸਿੰਘ ਜੀ ਦੇ ਟਾਈਮ ਤੇ, ਨਾ ਕਿ ਬੀਜੇਪੀ ਟਾਈਮ ਤੇ। ਉਸ ਤੋਂ ਬਾਅਦ ਜਿਹੜਾ ਆਪਣਾ ਲਾਂਘਾ ਖੁੱਲਿਆ, ਉਹ ਚ ਮੇਜਰ ਰੋਲ ਹੈਗਾ ਆਪਣੇ ਨਵਜੋਤ ਸਿੰਘ ਸਿੱਧੂ ਦਾ। ਅਗਰ ਸੱਜਣ ਕੁਮਾਰ ਨੂੰ ਅਗਰ ਅੰਦਰ ਕੀਤਾ ਗਿਆ ਤੇ ਉਹਦਾ ਰੋਲ ਹੈਗਾ ਆਪਣੇ ਆਮ ਆਦਮੀ ਪਾਰਟੀ ਦੇ ਵਕੀਲ ਨੇ ਜੀ, ਫੁਲਕਾ ਸਾਹਿਬ ਜੀ ਜੀ ਜੀ, ਉਹਨਾਂ ਦਾ ਰੋਲ ਹੈ। ਬੀਜੇਪੀ ਦਾ ਕਿਤੇ ਇੱਕ ਪੈਸੇ ਦਾ ਰੋਲ ਨਜ਼ਰ ਨਹੀਂ ਆਉਂਦਾ। ਹਾਂ,
ਸ਼ਮੀ ਜੀ ਬੀਜੇਪੀ ਦਾ ਇੱਕ ਪੈਸੇ ਦਾ ਰੋਲ ਕਿਤੇ ਨਜ਼ਰ ਨਹੀਂ ਆਉਂਦਾ। ਹਾਂ, ਔਰ ਜਿਹੜੇ ਰੋਲ ਨਿਭਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਉਹ ਰੋਲ ਵੀ ਨਜ਼ਰ ਨਹੀਂ ਆ ਰਿਹਾ। ਬਿਲਕੁਲ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤੀ ਰੱਖਦਾ। ਫਿਲਹਾਲ ਮੈਂ ਇੱਥੇ ਬ੍ਰੇਕ ਲਈ ਰੁਕ ਰਿਹਾ, ਮੈਨੂੰ ਸਮਾਂ ਜਿਹੜਾ ਇਜਾਜ਼ਤ ਬ੍ਰੇਕ ਲਈ ਦੇ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬਲਜਿੰਦਰ ਸਿੰਘ ਸ਼ਮੀ ਮੇਰੇ ਨਾਲ ਜੁੜੇ ਹੋਏ ਹਨ। ਸ਼ਮੀ ਜੀ, ਸਮਾਂ ਮੇਰੇ ਕੋਲ ਜ਼ਿਆਦਾ ਨਹੀਂ ਹੈਗਾ, ਸਿਰਫ ਮੈਨੂੰ ਸਿੰਪਲ ਇਹ ਗੱਲ ਦੱਸ ਦੇਵੋ ਕਿ ਕੀ ਵਾਕਈ ਹੀ ਬੀਜੇਪੀ ਜਾਂ ਫਿਰ ਕੇਂਦਰ ਸਰਕਾਰ ਦੇ ਵਿੱਚ ਤੁਹਾਡੇ ਜਿਹੜੇ ਲੀਡਰਸ਼ਿਪ ਹੈ ਉਹ ਵਚਨਬੰਦ ਹੋਵੇਗੀ ਸਿੱਖਾਂ ਦੇ ਲਈ? ਅਸੀਂ ਡੈਫੀਨੇਟਲੀ ਇਸ ਨੂੰ ਫੋਲੋ ਅਪ ਕਰਾਂਗੇ ਜੋ ਅੱਜ ਦਾ ਬਿਆਨ ਆਇਆ। ਐਗਜ਼ੈਕਟਲੀ ਕੀ ਆਰਡਰ ਸੀ ਓਰੀਜਨਲੀ ਤੇ ਅਸੀਂ ਜੋ ਵੀ ਹੋਇਆ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਅਸੀਂ ਰეკਮੈਂਡ ਵੀ ਕਰਾਂਗੇ ਤੁਹਾਨੂੰ ਕਿ ਪਲੀਜ਼ ਹੁਣ ਹਰ ਕੋਈ ਜਿਹੜੀ ਚੀਜ਼ ਹੈ ਉਹ ਤੁਸੀਂ ਲਿਖਤ ਦੇ ਵਿੱਚ ਲੈ ਲਓ, ਸਾਨੂੰ ਵਿਸ਼ਵਾਸ ਨਹੀਂ ਹੈ। ਸਾਫ ਬਿਆਨ ਜਿਹੜੇ ਨੇ ਉਹ ਹੁਣ ਸਾਨੂੰ ਵਿਸ਼ਵਾਸ ਦੇ ਲਾਇਕ ਨਹੀਂ ਸਾਨੂੰ ਲੱਗਦਾ ਕਿ ਸਾਨੂੰ ਸਮਝਣੇ ਚਾਹੀਦੇ ਹੁਣ। ਇਹ ਮੁੱਕਰ ਕੋਈ ਵੀ ਨਹੀਂ ਸਕਦਾ। ਇਹ ਜਿਹੜੇ ਆਰਡਰ ਹੈ ਸਟੇਟ ਗਵਰਨਮੈਂਟ ਨੂੰ ਭੇਜੇ ਗਏ ਆ, ਪੰਜਾਬ ਗਵਰਨਮੈਂਟ, ਸੋ ਉਹਨਾਂ ਕੋਲੇ ਵੀ ਕਾਪੀ ਹੋਏਗੀ, ਮੁੱਕਰਨ ਵਾਲੀ ਕੋਈ ਗੱਲ ਨਹੀਂ ਹੈ। ਕੀ ਹੁਣ ਵਿੱਚ ਸਪਸ਼ਟ ਕੀ ਲਿਖਿਆ ਹੋਇਆ ਆਪਾਂ ਵੇਖਾਂਗੇ, ਲੇਕਿਨ ਇਨ ਫਿਊਚਰ ਉਹ ਦੇਖਾਂਗੇ। ਇਨ ਫਿਊਚਰ ਇਹ ਵੀ ਤੁਹਾਨੂੰ ਹੁਣ ਰਿਕੁਐਸਟ ਕੀਤੀ ਜਾਂਦੀ ਕਿ ਅਗਰ ਕੋਈ ਵੀ ਵਫਦ ਜਾ ਕੇ ਮਿਲਦਾ ਤਾਂ ਜ਼ਰੂਰ ਤੁਸੀਂ ਲਿਖਤ ਦੇ ਵਿੱਚ ਲਓ। ਮੇਰੇ ਨਾਲ ਕਾਲਰ ਵੀ ਜੁੜੇ ਹੋਏ ਹਨ, ਲੇਕਿਨ ਮੈਂ ਉਹਨਾਂ ਤੋਂ ਵੀ ਮਾਫੀ ਚਾਹਾਂਗਾ ਕਿ ਮੈਂ ਤੁਹਾਡੀ ਕਾਲਸ ਨਹੀਂ ਲੈ ਪਾਵਾਂਗਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ਮੀ ਜੀ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਬਹੁਤ ਮਿਹਰਬਾਨੀ ਸਤਪਾਲ ਸਿੰਘ ਬਰਾੜ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਅੱਜ ਕੋਸ਼ਿਸ਼ ਕੀਤੀ ਸੀਗੀ ਅਸੀਂ ਕਿ ਉਸ ਬਿਆਨ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ। ਔਰ ਮੈਂ ਉਹਨਾਂ ਕਾਲਰਸ ਨੂੰ ਵੀ ਮਾਫੀ ਚਾਹਾਂਗਾ ਜਿਹਨਾਂ ਦੀ ਕਾਲਸ ਮੈਂ ਪਿੱਕ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਜ਼ਿੰਮੇਵਾਰੀ ਬਣਦੀ ਹੈ ਸਾਡੀ ਕਿ ਜਦ ਅਜਿਹਾ ਬਿਆਨ ਸਾਹਮਣੇ ਆਉਂਦਾ। ਇਸੀ ਮੰਚ ਦੇ ਉੱਤੇ ਅਸੀਂ ਉਹੀ ਬਿਆਨ ਲੈ ਕੇ ਸਾਹਮਣੇ ਆਏ ਸੀਗੇ ਕਿ ਜਦ ਬੀਜੇਪੀ ਵੱਲੋਂ ਵੱਡੇ ਐਲਾਨ ਸਿੱਖਾਂ ਦੇ ਲਈ ਕੀਤੇ ਗਏ ਸੀਗੇ ਔਰ ਕੌਮ ਨੂੰ ਖੁਸ਼ੀ ਦੇਣ ਦੀ ਗੱਲ ਜਿਹੜੀ ਹੈ ਕੀਤੀ ਗਈ ਸੀਗੀ, ਲੇਕਿਨ ਅੱਜ ਉਹੀ ਖੁਸ਼ੀ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਚਲੀ ਗਈ ਹੈ ਅਤੇ ਨਾਲੇ ਉਹ ਖੁਸ਼ੀ ਜਿਹੜੀ ਉਹ ਦੁੱਖ ਦੇ ਵਿੱਚ ਤਬਦੀਲ ਜ਼ਰੂਰ ਹੋਈ ਹੈ। ਔਰ ਅਸੀਂ ਅੱਗੇ ਵੀ ਇਹਨਾਂ ਸਿਆਸਤਦਾਨਾਂ ਨੂੰ ਘੇਰਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਤਿੱਖੇ ਸਵਾਲ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ।